ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਤੇ ਆਵੋ ਹਿਰਦੇ ਤੇ ਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਾ ਵੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਦਿਵਸ ਬੇਦੀ ਕੁਲ ਰਾਈ ਪੌਡੈ ਸਹਿਜਾ ਪਰ ਸੁਖਦਾਈ ਮਾਇਆ ਧਾਰਿਆ ਪਨੋ ਭੇਖਾ ਕਮਲ ਬਿਲੋਚਨ ਰੂਪ ਬਸਿਖ ਏਕ ਦਿਵਸ ਬੇਦੀ ਕੁਲ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਪਰਮ ਤੇ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਸਭ ਸੰਗਤ ਜੋ ਸ਼ਾਮ ਦਾ ਦੀਵਾਨ ਹੈ ਉਸ ਦੇ ਵਿੱਚ ਜੋ ਨਵੇਂ ਸਾਲ ਦਾ ਆਗਮਨ ਹੋ ਰਿਹਾ ਗੁਰਬਾਣੀ ਅਨੁਸਾਰ ਗੁਰਮਤ ਅਨੁਸਾਰ ਜੋ ਨਵਾਂ ਸਾਲ ਪ੍ਰਾਰੰਭ ਹੋਣ ਵਾਲਾ ਹੈ ਉਹਦੇ ਸੰਬੰਧ ਦੇ ਵਿੱਚ ਜੋ ਦੀਵਾਨ ਸਜੇ ਨੇ ਔਰ ਰੋਜ਼ਾਨਾ ਦੀ ਮਰਿਆਦਾ ਅਨੁਸਾਰ
ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸੱਜਦੇ ਨੇ, ਉਹਨਾਂ ਦੇ ਵਿੱਚ ਆਪ ਸਭ ਸੰਗਤ ਨੇ ਹਾਜ਼ਰੀ ਭਰ ਕੇ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸ੍ਰਵਣ ਕਰਕੇ ਮਹਾਨ ਲਾਹਾ ਪ੍ਰਾਪਤ ਕੀਤਾ। ਆਪ ਵਡਭਾਗੇ ਹੋ। ਹੁਣ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਹੈ, ਉਸ ਦਾ ਸਮਾਂ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭਾਈ ਲਹਿਣਾ ਜੀ ਦਾ ਮਿਲਾਪ ਹੋਇਆ, ਜੋ ਬਾਅਦ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੂਜੇ ਸਰੂਪ ਹੋਏ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਭਾਈ ਲਹਿਣਾ ਜੀ ਆਪਣਾ ਮੱਤੇ ਦੀ ਸਰਾਂ ਵਾਲਾ ਜਿਹੜਾ ਨਗਰ ਹੈ ਉਹਨੂੰ ਛੱਡ ਕੇ ਪੱਕੇ ਤੌਰ ਤੇ ਖਡੂਰ ਸਾਹਿਬ ਜੋ ਨਗਰ ਹੈ ਉੱਥੇ ਰਹਿਣ ਲੱਗ ਪਏ। ਉੱਥੋਂ ਹੀ ਜਿਹੜਾ ਹੈ ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਪਤਾ ਲੱਗਾ। ਪਹਿਲਾਂ ਵੀ ਉਹਨਾਂ ਨੇ, ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ ਸੁਣਿਆ ਸੀ, ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣੀ ਸੀ, ਔਰ ਫਿਰ ਦਰਸ਼ਨ ਕਰਨ ਦੇ ਲਈ ਆਏ ਨੇ, ਦਰਸ਼ਨ ਕੀਤੇ ਨੇ। ਦਰਸ਼ਨ ਕਰਕੇ ਮਨ ਦੇ ਵਿੱਚ ਹੋਰ ਕੋਈ ਜੇਕਰ ਆਸ ਸੀ, ਜਿਵੇਂ ਜਵਾਲਾ ਆਦਿਕ ਦੇ ਦਰਸ਼ਨਾਂ ਨੂੰ ਜਾਂਦੇ ਸੀ ਦੇਵੀ ਦੇ, ਉਹ ਜਾਣਾ ਛੱਡ ਕੇ ਉਹ ਜਿਹੜਾ ਬੇਖ ਸੀ ਉਹ ਵੀ ਤਿਆਗ ਦਿੱਤਾ ਉੱਥੇ ਜਾਣ ਵਾਲਾ, ਔਰ ਪੱਕੇ ਰੂਪ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪ੍ਰੀਤੀ ਪੈ ਗਈ ਹੈ। ਸਤਿਗੁਰੂ ਮਹਾਰਾਜ ਜੀ ਤੋਂ ਆਗਿਆ ਲੈ ਕੇ ਘਰ ਨੂੰ ਆਏ, ਇੱਕ ਰਾਤ ਰਹਿ ਕੇ ਫਿਰ ਅਗਲੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਹਾਜ਼ਰ ਹੋਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਤਿਅੰਤ ਕਿਰਪਾ ਕੀਤੀ ਹੈ ਲਹਿਣਾ ਜੀ ਦੇ ਉੱਪਰ, ਆਪਣੇ ਚਰਨਾਂ ਦੀ ਸ਼ਰਨ ਜਿਹੜੀ ਹੈ ਉਹ ਦਿੱਤੀ ਹੈ, ਚਰਨਾਂ ਦੇ ਵਿੱਚ ਜਗ੍ਹਾ ਬਖਸ਼ੀ ਹੈ। ਭਾਈ ਲਹਿਣਾ ਜੀ ਚਰਨਾਂ ਦੇ ਵਿੱਚ ਜਗ੍ਹਾ ਪ੍ਰਾਪਤ ਕਰਕੇ ਬੜੇ ਪ੍ਰਸੰਨ ਨੇ, ਖੁਸ਼ ਨੇ। ਜੋ ਵੀ ਸਤਿਗੁਰੂ ਮਹਾਰਾਜ ਜੀ ਆਗਿਆ ਕਰਦੇ ਨੇ ਉਸ ਆਗਿਆ ਦੇ ਅਨੁਸਾਰ ਚੱਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਜੋ ਵੀ ਕੋਈ ਕਾਰਜ ਹੁੰਦਾ ਹੈ, ਬਰਤਨ ਸਾਫ਼ ਕਰਨ ਦਾ, ਬਸਤਰ ਧੋਣ ਦਾ, ਘਰ ਦੇ ਵਿੱਚ ਝਾੜੂ ਆਦਿਕ ਦੀ ਜਿੰਨੀ ਵੀ ਸੇਵਾ ਭਾਈ ਲਹਿਣਾ ਜੀ ਕਰਦੇ ਨੇ, ਔਰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਲਹਿਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਕਿ ਜੇਕਰ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਨੂੰ ਕਹਿਣ ਕਿ ਆਪਣੇ ਪ੍ਰਾਣ ਤਿਆਗ ਦੇ, ਕਹਿੰਦੇ ਕਿ ਇੱਕ ਛਿਨ ਸਮੇਂ ਦੇ ਵਿੱਚ, ਛਿਨ ਸਮਾਂ ਹੁੰਦਾ ਜਿੰਨਾ ਕੁ ਸਮਾਂ ਆਪਾਂ ਨੂੰ ਅੱਖ ਚਮਕਣ 'ਤੇ ਲੱਗਦਾ, ਅੱਖ ਬੰਦ ਹੁੰਦੀ ਹੈ ਤਾਂ ਖੁੱਲ੍ਹਦੀ ਹੈ ਅੱਖ ਦੀ ਪਲਕ, ਕਹਿੰਦੇ ਇੰਨੇ ਸਮੇਂ ਦੇ ਵਿੱਚ ਜਿਹੜਾ ਭਾਈ ਲਹਿਣਾ ਆਪਣੇ ਪ੍ਰਾਣ ਤਿਆਗ ਸਕਦਾ, ਇੰਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਪਿਆ ਹੈ, ਇੰਨੀ ਪ੍ਰੀਤੀ ਪਈ ਹੈ। ਇੱਥੋਂ ਤੱਕ ਆਪ ਸਭ ਸੰਗਤ ਨੇ ਜੋ ਗੁਰ ਇਤਿਹਾਸ ਸੀ ਸ੍ਰਵਣ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਲਹਿਣਾ ਜੀ ਦਾ ਮਿਲਾਪ ਹੋਇਆ, ਪੱਕੇ ਸਿੱਖ ਬਣੇ ਨੇ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰ ਇਤਿਹਾਸ ਆ ਰਿਹਾ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸ੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਵਸ ਬੇਦੀ ਕੁਲ ਰਾਈ, ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੌਡੈ ਸਹਿਜਾ ਪਰ ਸੁਖਦਾਈ, ਸੁਖਾਂ ਦੇ ਦਾਈ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਸਹਿਜਾ ਦੇ ਉੱਪਰ ਭਾਵ ਕੇ ਪਲੰਗੇ ਤੇ ਬਿਰਾਜਮਾਨ ਹੋਏ। ਮਾਇਆ ਧਾਰ ਆਪਣੋ ਭੇਖਾ, ਜਿਹੜੀ ਮਾਇਆ ਹੈ, ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਭਰਮਾਇਆ, ਉਹ ਜਿਹੜੀ ਮਾਇਆ ਹੈ ਆਪਣਾ ਬੇਖਾ ਸਰੂਪ ਧਾਰ ਕੇ, ਬਲੋਚਨ ਰੂਪ ਅਭਿਸ਼ੇਖ, ਜਿਸ ਮਾਇਆ ਦਾ ਬਹੁਤ ਵੱਡਾ ਰੂਪ ਹੈ, ਮਨ ਮਾਏ ਭੂਖਣ ਝਲਕ ਤੇ ਅੰਗ, ਜਿਸ ਮਾਇਆ ਦੇ ਅੰਗਾਂ ਤੇ ਗਹਿਣੇ ਆਦਿਕ ਸੋਭਦੇ ਹਨ, ਵਸਤਰ ਕੁਸੰਭੀ ਬਣੇ ਸੁਰੰਗ, ਜਿਸ ਦੇ ਸਰੀਰ ਦੇ ਉੱਪਰ ਲਾਲ ਰੰਗ ਦੇ ਵਸਤਰ ਪੈਂਦੇ ਹਨ, ਚਾਂਪਤ ਪਦ ਪੰਕਜ ਗੁਰ ਕੇਰੇ, ਉਹ ਜਿਹੜੀ ਮਾਇਆ ਹੈ
ਉਹ ਆ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੀ ਹੈ। ਸੇਵਾ ਕੀਨੀ ਭਾਉ ਕਨੇਰੇ, ਬਹੁਤਾ ਹੀ ਭਾਉ ਕਹਿੰਦੇ ਨੇ, ਪ੍ਰੇਮ ਨੂੰ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਕੀਤੀ ਹੈ। ਲਹਿਣੇ ਤਤ ਸ਼ਿਨ ਬਿਜਨਾ ਲੀਨੇ, ਉਹ ਭਾਈ ਲਹਿਣਾ ਜੀ ਨੇ ਬਹੁਤ ਛੇਤੀ ਪੱਖਾ ਲਿਆ ਹੈ। ਪਾਉਣ ਕਰਨ ਆਯੋ ਰਸ ਪੀਨੇ, ਪ੍ਰੇਮ ਦੇ ਵਿਚ ਭਿੱਜਾ ਹੋਇਆ ਭਾਈ ਲਹਿਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੁੱਤਿਆਂ ਹੋਇਆ ਜਾਣ ਕੇ ਕਿ ਆਰਾਮ ਕਰ ਰਹੇ ਨੇ। ਪੌਣ ਕਰਨ ਆਇਓ ਹਵਾ ਕਰਨ ਦੇ ਲਈ ਆਏ ਨੇ, ਭਾਵ ਕੇ ਪੱਖੇ ਦੀ ਸੇਵਾ ਕਰਨ ਦੇ ਲਈ ਆਇਆ ਹੈ। ਭਿੱਖ ਸਰੂਪ ਕੋ ਮਨ ਬਿਸਮਾਇਓ, ਜਦੋਂ ਆਏ ਨੇ ਤੇ ਮਾਇਆ ਦਾ ਸਰੂਪ ਦੇਖਿਆ ਕਿ ਮਾਇਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਕਰਦੀ ਹੈ, ਇਸ ਸਰੂਪ ਨੂੰ ਦੇਖ ਕੇ ਬੜਾ ਹੈਰਾਨ ਹੋਇਆ। ਪਛੂ ਨਾ ਜਾਣਿਓ ਗਏ ਲਜਾਇਓ, ਅਤੇ ਕੁਛ ਵੀ ਜਾਣਿਆ ਨੀ ਗਿਆ ਕਿ ਇਹ ਕੀ ਕੌਤਕ ਵਰਤ ਰਿਹਾ ਹੈ। ਨਿਕਸ ਗਈ ਕਰ ਸੇਵਾ ਜਬ ਹੀ, ਜਦੋਂ ਉਹ ਮਾਇਆ ਸੇਵਾ ਕਰਕੇ ਚਲੀ ਗਈ, ਹੱਥ ਜੋੜ ਕੇ ਬੁਝੋ ਤਬ ਹੀ, ਤਦੋਂ ਭਾਈ ਲਹਿਣਾ ਨੇ ਦੋਨੇ ਹੱਥ ਜੋੜ ਕੇ ਪੁੱਛਿਆ ਹੈ। ਅੰਗਨਾ ਇਹ ਦਿਵ ਸਰੂਪ, ਸਤਿਗੁਰੂ ਮਹਾਰਾਜ ਜੀ ਇਹ ਦਿਵ ਸਰੂਪ ਵਾਲੀ ਇਸਤਰੀ ਕੌਣ ਸੀ? ਅਲੰਕਾਰ ਬਰ ਭੇਖ ਅਨੂਪ, ਜਿਹਨੇ ਬੜੇ ਸ੍ਰੇਸ਼ਟ ਗਹਿਣੇ ਪਹਿਨੇ ਸੀ, ਜਿਹਦਾ ਜਿਹੜਾ ਵੇਖ ਸੀ ਉਪਮਾ ਤੋਂ ਰਹਿਤ ਹੈ। ਪੰਕਜ ਸੇਵਾ ਧਰ ਭਾਉ, ਜੋ ਆਪ ਜੀ ਦੇ ਚਰਨਾਂ ਦੀ ਸੇਵਾ ਕਰ ਰਹੀ ਸੀ ਬੜਾ ਪ੍ਰੇਮ ਨੂੰ ਧਾਰ ਕੇ। ਬੰਦਨ ਕਰ ਗਮ ਨੇ ਦਿਸ਼ਕਾਉ, ਔਰ ਆਪ ਜੀ ਨੂੰ ਨਮਸਕਾਰ ਕਰਕੇ ਕਿਸ ਦਿਸ਼ਾ ਵੱਲ ਨੂੰ ਚਲੀ ਗਈ ਹੈ? ਮੈਂ ਇੱਕ ਪੇਖੀ ਔਰ ਨਹ ਦੇਖੀ, ਸਤਿਗੁਰੂ ਮਹਾਰਾਜ ਜੀ ਕੇਵਲ ਮੈਂ ਹੀ ਉਸ ਨੂੰ ਦੇਖਿਆ ਹੈ, ਔਰ ਨਹ ਦੇਖੀ, ਔਰ ਕਿਸੇ ਨੇ ਉਸ ਨੂੰ ਨਹੀਂ ਦੇਖਿਆ। ਔਰ ਮੈਂ ਆਚਰਜ ਭਇਓ ਵਸੇਖੀ, ਇਸ ਕੌਤਕ ਨੂੰ ਦੇਖ ਕੇ ਮੇਰੇ ਹਿਰਦੇ ਦੇ ਵਿਚ ਬਹੁਤੀ ਹੈਰਾਨੀ ਹੋਈ ਹੈ ਕਿ ਉਹ ਕੌਣ ਹੈ। ਸੁਣ ਕੇ ਸ਼੍ਰੀ ਬੇਦੀ ਕੁਲ ਕੇਤ, ਸੁਣ ਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਬੋਲੇ ਭੇਦ ਬਤਾਵਣ ਹੇਤ, ਭਾਈ ਲਹਿਣਾ ਨੂੰ ਭੇਦ ਦੇਣ ਦੇ ਵਾਸਤੇ, ਗੱਲ ਦੱਸਣ ਦੇ ਵਾਸਤੇ ਬੋਲੇ ਹਨ। ਕੁਝ ਪਰ ਸ਼੍ਰੀ ਕਰਤਾ ਕਿਰਪਾਲਾ, ਭਾਈ ਲਹਿਣਾ ਜੀ ਤੁਹਾਡੇ ਉਪਰ ਕਰਤਾਰ ਪਰਮੇਸ਼ਰ ਕਿਰਪਾਲੂ ਦਿਆਲੂ ਹੈ। ਤਵੇ ਬਲੋ ਕਿਉ ਰੂਪ ਵਿਸਾਲ, ਤਾਂ ਹੀ ਤੁਸੀਂ ਉਹਦਾ ਜਿਹੜਾ ਹੈ ਵੱਡਾ ਰੂਪ ਦੇਖ ਸਕੇ ਹੋ। ਔਰ ਕਿਸੂ ਕੋ ਨਦਰ ਨਾ ਆਵੇ, ਜਿਹੜੀ ਹੈ ਹੋਰ ਕਿਸੇ ਨੂੰ ਨਦਰ ਦੇ ਵਿਚ ਨਹੀਂ ਆਉਂਦੀ, ਭਾਵ ਕੇ ਹੋਰ ਕੋਈ ਉਹਨੂੰ ਨਹੀਂ ਦੇਖ ਸਕਦਾ। ਤਾਂ ਕੋ ਪਾਰ ਨਾ ਪਾਇਓ ਜਾਵੇ, ਉਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਮਾਇਆ ਰੂਪ ਜਗਤ ਨਰ ਜੋ, ਜੋ ਮਾਇਆ ਸੀ ਨਾ ਜਗਤ ਮਨੁੱਖਾਂ ਵਾਲਾ ਨਰ ਆਲਾ ਜਿਹੜਾ ਸੀ ਸਰੂਪ ਨੂੰ ਧਾਰ ਕੇ, ਸਭ ਭਰਮਾਏ ਬਚੋ ਨਾ ਕੋ, ਕਿ ਉਹ ਜਿਹੜੀ ਮਾਇਆ ਹੈ ਉਸ ਮਾਇਆ ਨੇ ਮਾਇਆ ਰੂਪ ਜਗਤ ਨਰ ਜੋ, ਕਿ ਜਿਹੜੀ ਮਾਇਆ ਹੈ ਇਸ ਨੇ ਜਗਤ ਦੇ ਸਾਰੇ ਜਿਹੜੇ ਮਨੁੱਖ ਹਨ ਉਹਨਾਂ ਨੂੰ ਭਰਮਾਇਆ ਹੋਇਆ ਹੈ, ਬਚੇ ਉਹਨਾਂ ਕੋ, ਇਸ ਮਾਇਆ ਤੋਂ ਕੋਈ ਵੀ ਬਚਿਆ ਨਹੀਂ ਹੈ। ਔਰ ਸੋ ਆਵਤ ਇਸ ਹੇਤ ਤੇ ਦਵਾਦਸ਼ ਕੋ ਸਨ ਦੂਰ, ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਲਹਿਣਾ ਜੀ ਉਹ ਜਿਹੜੀ ਮਾਇਆ ਹੈ ਨਾ ਇਸ ਵਾਸਤੇ ਆਉਂਦੀ ਹੈ ਕਿਉਂਕਿ ਉਹ ਜਿਹੜੀ ਮਾਇਆ ਸਾਡੇ ਤੋਂ 12 ਕੋ ਦੂਰ ਰਹਿੰਦੀ ਹੈ। ਰਹਿਤ ਹਮਾਰੇ ਪਾਸ ਤੇ ਸ਼ਲ ਬਲ ਹੋਏ ਨਾ ਹਜੂਰ, ਸਾਡੀ ਹਜੂਰੀ ਦੇ ਵਿਚ ਜਿਹੜਾ ਹੈ ਉਸ ਮਾਇਆ ਦਾ ਕੋਈ ਛਲ ਬਲ ਨਹੀਂ ਹੁੰਦਾ। ਰਹੋ ਚਹਿਤ ਹੈ ਨਿਕਟ ਕੁਚਾਲੀ, ਜਿਹੜੀ ਖੋਟੀ ਚਾਲ ਵਾਲੀ ਮਾਇਆ ਹੈ ਨਾ ਸਾਡੇ ਪਾਸ ਰਹਿਣਾ ਚਾਹੁੰਦੀ ਹੈ। ਪਾਏ ਜਾਹੇ ਨਰ ਹੋਤ ਕੁਡਾਲੀ, ਜਿਸ ਮਾਇਆ ਨੂੰ ਪਾ ਕੇ ਮਨੁੱਖ, ਕੁਡਾਲੀ ਦਾ ਅਰਥ ਹੈ ਕਿ ਖੋਟੀ ਚਾਲ ਵਾਲਾ ਹੋ ਜਾਂਦਾ, ਖੋਟੇ ਕੰਮ ਕਰਨ ਵਾਲਾ ਬਣ ਜਾਂਦਾ ਹੈ। ਜਾਂ ਤੇ ਸੇਵਾ ਕਰਤ ਸੋ ਆਈ, ਜਾਂ ਤੇ ਇਸ ਕਰਕੇ ਉਹ ਜਿਹੜੀ ਮਾਇਆ ਸੀ ਸਾਡੀ ਸੇਵਾ ਕਰਨ ਦੇ ਵਾਸਤੇ ਆਈ ਸੀ। ਦੂਜਾ ਸਰੂਪ ਧਰੇ ਹਮ ਜਬ ਹੀ, ਜਦੋਂ ਅਸੀਂ ਦੂਜਾ ਸਰੂਪ ਧਾਰਨ ਕਰਾਂਗੇ, ਕਸ਼ਟ ਕੋ ਸਪਰਥਿਤ ਹੋਏ ਤਬ ਹੀ, ਇਹ ਜਿਹੜੀ ਮਾਇਆ ਹੈ ਹੁਣ 12 ਕੋ ਤੇ ਹੈ, ਜਦੋਂ ਦੂਜਾ ਸਰੂਪ ਧਾਰਨ ਕਰਾਂਗੇ ਕਸ਼ਟ ਕੋ ਸਪਰਥਿਤ ਹੋਏ ਤਬ ਹੀ, ਤਦੋਂ ਇਹ 6 ਕੋ ਦੀ ਦੂਰੀ ਤੇ ਖੜੀ ਰਹੇਗੀ। ਤੀਏ ਤਨ ਦਰ ਪਰ ਚਲਿਆ ਵਹੈ, ਜਦੋਂ ਤੀਜਾ ਸਰੂਪ ਧਾਰਨ ਕਰਾਂਗੇ ਭਾਵ ਕੇ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਦੇ ਵਿਚ,
ਤਦੋਂ ਇਹ ਜਿਹੜੀ ਮਾਇਆ ਹੈ ਦਰ ਤੇ ਚੱਲ ਕੇ ਆ ਜਾਵੇਗੀ। ਸੇਵਾ ਕਰੇ ਸਭ ਭਾਂ ਤਿਰ ਜਾਵੇ, ਸੇਵਾ ਨੂੰ ਕਰੇਗੀ ਤੇ ਸਭ ਤਰ੍ਹਾਂ ਜਿਹੜਾ ਹੈ ਸਾਡੇ ਤੀਜੇ ਸਰੂਪ ਨੂੰ ਜਿਹੜਾ ਹੈ ਰਝਾਉਣਾ ਕਰੇਗੀ, ਖੁਸ਼ ਕਰੇਗੀ। ਕਰੇ ਚਤੁਰਥੀ ਜਬ ਹਮ ਦੇਹੀ, ਜਦੋਂ ਅਸੀਂ ਚੌਥੀ ਦੇਹੀ ਧਾਰਾਂਗੇ। ਚਾਹੋਂ ਦਰ ਪ੍ਰਵਿਸ਼ ਆਵੇ ਇਹੀ, ਇਹ ਜਿਹੜੀ ਮਾਇਆ ਹੈ ਚੌਹਾਂ ਦਰਵਾਜ਼ਿਆਂ ਰਾਹੀਂ ਪ੍ਰਵੇਸ਼ ਕਰਕੇ ਆਵੇਗੀ। ਇਸ ਪ੍ਰਕਾਰ ਸਭ ਭੇਦ ਬਤਾਵਾ, ਇਸ ਤਰ੍ਹਾਂ ਸਾਰਾ ਹੀ ਭੇਦ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਦੱਸਿਆ ਹੈ। ਹੁਣ ਲਹਿਣਾ ਹਿਰਦੇ ਹਰ ਖਾਵਾ, ਸੁਣ ਕੇ ਭਾਈ ਲਹਿਣਾ ਹਿਰਦੇ ਚ ਬੜਾ ਖੁਸ਼ ਹੋਇਆ ਹੈ। ਭਰਿਓ ਪ੍ਰੇਮ ਔਰ ਸੇਵਾ ਕਰਹੀ, ਇਹਦਾ ਹਿਰਦਾ ਪ੍ਰੇਮ ਦੇ ਨਾਲ ਭਰਿਆ ਹੋਇਆ ਹੈ ਔਰ ਸੇਵਾ ਕਰਦਾ ਹੈ। ਨਹੀਂ ਅਹੰਤਾ ਰੰਚਕ ਧਰਹੀ, ਔਰ ਸੇਵਾ ਕਰਕੇ ਥੋੜੀ ਜਿੰਨੀ ਵੀ ਅਹੰਤਾ ਦਾ ਅਰਥ ਹੈ ਹਉਮੈ ਹੰਕਾਰ ਨੂੰ ਨਹੀਂ ਧਾਰਦਾ ਕਿ ਮੈਂ ਇੰਨੀ ਸੇਵਾ ਕਰਦਾ ਹਾਂ। ਇਸ ਵੇ ਦਿਵਸ ਬਤੀਤੇ ਕੇਤੇ, ਇਸੇ ਤਰ੍ਹਾਂ ਕੁਝ ਕੁ ਦਿਨ ਬਤੀਤ ਹੋ ਗਏ। ਕਰਹਿ ਸਦਨ ਹੋਏ ਕਾਰਜ ਤੇਤੇ, ਜਿਤਨੇ ਵੀ ਘਰ ਦੇ ਵਿਚ ਕੰਮ ਹੁੰਦੇ ਨੇ ਉਹ ਸਾਰੇ ਭਾਈ ਲਹਿਣਾ ਜੀ ਕਰਦੇ ਹਨ। ਇੱਕ ਸਮੇ ਧਰਮਸ਼ਾਲਾ ਮਾਹੀ, ਇੱਕ ਦਿਨ ਧਰਮਸ਼ਾਲਾ ਦੇ ਵਿਚ ਰੁਚਿਰ ਪਰਿਅੰਕ ਡਸਾਵਾ ਤਾਹੀ, ਧਰਮਸ਼ਾਲਾ ਦੇ ਵਿਚ ਬੜਾ ਸੁੰਦਰ ਪਲੰਘਾ ਡੱਠਾ ਹੈ। ਇਹ ਪਰ ਪੌਡੇ ਹੁਤੇ ਗੁਸਾਈ, ਔਰ ਉਸ ਪਲੰਘੇ ਦੇ ਉੱਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਲੰਮੇ ਪਏ ਹਨ। ਲਹਿਣਾ ਸੀਤਲ ਪੌਣ ਚੁਲਾਈ, ਔਰ ਭਾਈ ਲਹਿਣਾ ਜੀ ਬੜੀ ਠੰਡੀ ਹਵਾ ਜਿਹੜੀ ਹੈ ਨਾ ਪੱਖੇ ਦੀ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਚੱਲ ਰਿਹਾ ਹੈ। ਪਦ ਪੰਕਜ ਦੋ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋਨੇ ਚਰਨ ਹਿੱਲ ਰਹੇ ਹਨ। ਕੇ ਆਹੈ ਸਮੀਪ ਨਕੋ, ਜਿਨ੍ਹਾਂ ਚਰਨਾਂ ਦੇ ਪਾਸ ਕੋਈ ਵੀ ਨਹੀਂ ਹੈ। ਇਹ ਬਲੋਕ ਲਹਿਣਾ ਬਿਸਮਾਨਿਓ, ਜਦੋਂ ਦੋਨਾਂ ਚਰਨਾਂ ਨੂੰ ਹਿਲਦਿਆਂ ਹੋਇਆ ਦੇਖਿਆ ਹੈ ਔਰ ਕੋਲ ਵੀ ਕੋਈ ਨਹੀਂ ਹੈ, ਇਸ ਕੌਤਕ ਨੂੰ ਦੇਖ ਕੇ ਭਾਈ ਲਹਿਣਾ ਬੜਾ ਹੈਰਾਨ ਹੋਇਆ। ਲੋਏ ਕਰ ਜੋਰੇ ਬਚਨ ਬਖਾਨਿਓ, ਦੋਨੇ ਹੱਥ ਜੋੜ ਕੇ ਬਚਨ ਕਹੇ ਹਨ। ਕਿਹ ਕਾਰਨ ਪਦ ਪੰਕਜ ਦੋਈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਦੇ ਜਿਹੜੇ ਦੋਨੇ ਚਰਨ ਕਮਲ ਨੇ ਕਿਉਂ ਹਿੱਲ ਰਹੇ ਹਨ। ਚੰਚਲ ਹੋ ਤੇ ਆਪ ਤੇ ਸੋਈ, ਆਪਣੇ ਆਪ ਹੀ ਚੰਚਲ ਹੋ ਰਹੇ ਨੇ, ਹਿੱਲ ਰਹੇ ਨੇ। ਹੋਏ ਨਾ ਪਿਖੀਅਤ ਜਨੇ ਸਮੀਪ, ਚਰਨਾਂ ਦੇ ਪਾਸ ਕੋਈ ਵੀ ਨਹੀਂ ਦਿਸਦਾ। ਹੁਣ ਬੋਲੇ ਬੇਦੀ ਕੁਲ ਦੀਪ, ਭਾਈ ਲਹਿਣੇ ਦੀ ਗੱਲ ਨੂੰ ਸੁਣ ਕੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਤੂੰ ਹੈ ਮੇਰੋ ਪਰਮ ਪਿਆਰੋ, ਭਾਈ ਲਹਿਣੇ ਤੋਂ ਸਾਡਾ ਬਹੁਤ ਪਿਆਰਾ ਹੈ। ਜਾਂ ਤੇ ਸਭੀ ਭੇਦ ਉਚਾਰੋ, ਇਸ ਕਰਕੇ ਅਸੀਂ ਸਾਰਾ ਹੀ ਭੇਦ ਜਿਹੜਾ ਤੇਰੇ ਪਾਸ ਉਚਾਰ ਕੇ ਕਹਿ ਦਿੰਦੇ ਹਾਂ। ਅਮਰ ਬ੍ਰੰਦ ਸ਼ਵੈ ਸ਼ਵੈ ਜੁਗ ਪਾਈ, ਸਮੂਹ ਹੀ ਜਿਹੜੇ ਦੇਵਤੇ ਆ ਨਾ ਸਾਡੇ ਪੈਰਾਂ ਨੂੰ ਛੂ ਛੂ ਕੇ ਜਾ ਰਹੇ ਹਨ, ਭਾਵ ਕੇ ਸਾਡੇ ਚਰਨਾਂ ਨੂੰ ਪਰਸ ਕੇ ਜਾ ਰਹੇ ਹਨ। ਵੰਦਨ ਕਰ ਕਰ ਸਦਨ ਸਦਾਈ, ਚਰਨਾਂ ਤੇ ਨਮਸਕਾਰ ਕਰਕੇ ਤੇ ਆਪੋ ਆਪਣੇ ਘਰਾਂ ਨੂੰ ਭਾਵ ਕੇ ਪੁਰੀਆਂ ਨੂੰ ਜਾਂਦੇ ਨੇ। ਆਵੇ ਮਿਲ ਕਰ ਕਬ ਕਬ ਸਾਰੇ, ਸਾਰੇ ਦੇਵਤੇ ਕਦੇ ਕਦੇ ਇਕੱਠੇ ਹੀ ਮਿਲ ਕੇ ਤੇ ਸਾਡੇ ਚਰਨਾਂ ਨੂੰ ਪਰਸ਼ਨ ਆਉਂਦੇ ਨੇ। ਗੁਪਤ ਰੂਪ ਨਰ ਨਾਹੇ ਨਿਹਾਰੇ, ਪਰ ਇਹ ਸਾਰੇ ਦੇਵਤੇ ਗੁਪਤ ਰੂਪ ਦੇ ਵਿਚ ਆਉਂਦੇ ਨੇ, ਆਮ ਮਨੁੱਖ ਇਹਨਾਂ ਨੂੰ ਨਹੀਂ ਦੇਖ ਸਕਦਾ। ਸੁਣ ਕੇ ਸਤ ਸਤ ਪ੍ਰਭ ਸੂ, ਸੁਣ ਕੇ ਭਾਈ ਲਹਿਣਾ ਕਹਿੰਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਸਭ ਸੱਚ ਹੈ, ਜੋ ਵੀ ਆਪ ਜੀ ਕਹਿੰਦੇ ਹੋ ਸਭ ਸੱਚ ਹੈ। ਬੰਦਤ ਪਾ ਪਦ ਪੰਕਜ ਦੋ, ਭਾਈ ਲਹਿਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋਨਾਂ ਚਰਨਾਂ ਕਮਲਾਂ ਤੇ ਨਮਸਕਾਰ ਕਰਦਾ ਹੈ। ਪਰਮ ਪ੍ਰੇਮ ਜਾਗਿਓ ਔਰ ਮਾਹੀ, ਜਿਸ ਦੇ ਹਿਰਦੇ ਦੇ ਵਿਚ ਬਹੁਤ ਵੱਡਾ ਪ੍ਰੇਮ ਜਾਗਿਆ ਹੈ ਗੁਰੂ ਸਾਹਿਬ ਦੇ ਚਰਨਾਂ ਦਾ। ਰੰਗਿਓ ਰੰਗ ਭਗਤ ਮਨ ਜਾਹੀ, ਜਿਸ ਭਾਈ ਲਹਿਣੇ ਦਾ ਮਨ ਭਗਤੀ ਦੇ ਰੰਗ ਦੇ ਵਿਚ ਰੰਗਿਆ ਹੈ। ਇੱਕ ਮਨ ਹੋਏ ਪੜ੍ਹੈ ਗੁਰਬਾਣੀ, ਭਾਈ ਲਹਿਣਾ ਇੱਕ ਮਨ ਹੋ ਕੇ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਬਾਣੀ ਨੂੰ ਪੜ੍ਹਦਾ ਹੈ। ਸੁਣਹਿ ਗੁਣਹਿ ਕੀਰਤ ਚਿਤ ਮਾਨੀ, ਔਰ ਮਨ ਦੇ ਵਿਚ ਜਿਹੜਾ ਹੈ ਬਾਣੀ ਦੀ ਕੀਰਤੀ ਨੂੰ ਮੰਨਿਆ ਹੋਇਆ। ਸੁਣਹਿ ਗੁਣਹਿ ਬਾਣੀ ਨੂੰ ਸੁਣਦਾ ਹੈ, ਔਰ ਗੁਣਹਿ ਦਾ ਅਰਥ ਹੁੰਦਾ ਹੈ ਵਿਚਾਰ ਕਰਦਾ ਹੈ, ਬਾਣੀ ਦੀ ਵਿਚਾਰ ਕਰਦਾ ਹੈ ਸੁਣ ਕੇ। ਵਾਹਿਗੁਰੂ ਕੋ ਸਿਮਰਨ ਕਰਹੀ, ਔਰ ਨਾਲ ਨਾਲ ਜਿਹੜਾ ਹੈ ਵਾਹਿਗੁਰੂ ਨਾਮ ਦਾ ਸਿਮਰਨ ਕਰਦਾ ਹੈ। ਉਮਗ ਉਮਗ ਮੁਖ ਚੋ ਜਾਸਿਓ ਚਰਹੀ, ਉਮਗ ਦਾ ਅਰਥ ਹੁੰਦਾ ਹੈ ਉਤਸ਼ਾਹ,
ਉਤਸ਼ਾਹ ਦੇ ਨਾਲ ਬਾਰ ਬਾਰ ਮੁਖ ਤੋਂ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਉਚਾਰਦਾ ਹੈ। ਚੇਤ ਪ੍ਰੀਤ ਕੀ ਰੀਤ ਨਿਆਰੀ, ਭਾਈ ਲਹਿਣੇ ਦੇ ਚਿੱਤ ਦੇ ਅੰਦਰ ਪ੍ਰੀਤ ਦੀ ਨਿਆਰੀ ਜਿਹੜੀ ਵੱਖਰੀ ਹੀ ਰੀਤੀ ਹੈ। ਲਿਵ ਲਾਗੀ ਨਿਸ ਦਿਨ ਸੁਹਕਾਰੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਜਿਹੜੀ ਹੈ ਰਾਤ ਦਿਨ ਲਿਵ ਲੱਗੀ ਰਹਿੰਦੀ ਹੈ, ਸੁਖਕਾਰੀ ਸੁਖਾਂ ਨੂੰ ਦੇਣ ਵਾਲੀ। ਕਰਤਿਓ ਸੇਵਾ ਸਮਾਂ ਬਿਤਾਵਾ ਹੈ, ਇਸੇ ਤਰ੍ਹਾਂ ਸੇਵਾ ਕਰਦਿਆਂ ਹੋਇਆ ਭਾਈ ਲਹਿਣਾ ਜੀ ਨੇ ਸਮਾਂ ਬਤੀਤ ਕੀਤਾ ਹੈ। ਜਗ ਕਾਰਜ ਕੋਰ ਦੇ ਨ ਆਵੈ, ਜਗਤ ਦਾ ਕੋਈ ਵੀ ਜਿਹੜਾ ਸੰਸਾਰੀ ਧੰਦਾ ਹੈ ਇਹਨਾਂ ਦੇ ਹਿਰਦੇ ਦੇ ਵਿੱਚ ਨਹੀਂ ਆਉਂਦਾ, ਭਾਵ ਕਿ ਆਪਣੇ ਮਨ ਨੂੰ ਸੰਸਾਰੀ ਧੰਦਿਆਂ ਵੱਲ ਨਹੀਂ ਲਾਉਂਦੇ। ਇਸ ਵਿਦ ਬਾਸੁਰ ਕਿਤੇ ਬਿਤਾਏ, ਇਸੇ ਤਰ੍ਹਾਂ ਕੁਝ ਦਿਨ ਬਤੀਤ ਕੀਤੇ। ਚਰਨ ਕਮਲ ਮਨ ਭੌਰ ਲੁਭਾਏ, ਜਿਨ੍ਹਾਂ ਦਾ ਮਨ ਰੂਪੀ ਭੌਰਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਲੁਭਾਏ ਮਾਨ ਹੈ। ਬੈਠੇ ਹੋਤੇ ਬੇਦ ਕੁਲ ਦੀਪਾ, ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜਮਾਨ ਹਨ। ਪਾਉ ਪਲੋਸਤ ਹੋਏ ਸਮੀਪਾ, ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਹੋ ਕੇ ਚਰਨਾਂ ਨੂੰ ਪਲੋਸ ਰਿਹਾ ਹੈ, ਭਾਵ ਕੇ ਚਰਨਾਂ ਦੀ ਸੇਵਾ ਕਰ ਰਿਹਾ ਹੈ। ਕਰ ਪਰਸਿਓ ਪਿੰਡਰੀ ਜਬ ਦੇਖੀ, ਜਦੋਂ ਚਰਨਾਂ ਨੂੰ ਪਰਸਦਿਆਂ ਹੋਇਆ ਚਰਨਾਂ ਦੀ ਸੇਵਾ ਕਰਦਿਆਂ ਹੋਇਆ ਜਿਹੜੀ ਲੱਤ ਦੀ ਪਿੰਡਣੀ ਦੇਖੀ ਹੈ, ਜਿਨ ਕੋ ਲਗੀ ਝਰੀਟ ਵਸੇਖੀ, ਜਿਸ ਪਿੰਡਣੀ ਦੇ ਉੱਪਰ ਬਹੁਤ ਜ਼ਿਆਦਾ ਵੱਡੀ ਝਰੀਟ ਲੱਗੀ ਹੈ, ਜ਼ਖਮ ਲੱਗਾ ਹੈ। ਬੂਝੋ ਲਹਿਣੇ ਦੋਏ ਕਰ ਬੰਦੇ, ਦੋਨੇ ਹੱਥ ਜੋੜ ਕੇ ਭਾਈ ਲਹਿਣਾ ਪੁੱਛਦਾ ਹੈ, ਕਿਸ ਵਿਦ ਕੰਟਕ ਲੱਗੇ ਮੁਕੰਦੇ। ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ ਕਿ ਆਹ ਜਿਹੜਾ ਆਪ ਜੀ ਦੀ ਲੱਤ ਦੀ ਪਿੰਨਣੀ ਦੇ ਉੱਪਰ ਜ਼ਖਮ ਹੋਇਆ ਹੈ, ਆ ਜੋ ਕੰਡੇ ਜੇ ਵੱਜੇ ਦਿਸਦੇ ਨੇ ਕਿਸ ਤਰ੍ਹਾਂ ਵੱਜੇ ਹਨ। ਬਹਿਰ ਕਾਹੂ ਅਸ ਠੌਰ ਨਮਾਹੀ, ਆਪ ਜੀ ਬਾਹਰ ਕਿਸੇ ਵੀ ਥਾਂ ਦੇ ਵਿੱਚ, ਗਮਨੇ ਪ੍ਰਭੂ ਆਪ ਕਬ ਨਾਹੀ, ਪ੍ਰਭੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਕਦੇ ਵੀ ਗਏ ਨਹੀਂ ਹੋ। ਆਪ ਲਾਗੀ ਹੈ ਪਰ ਹੈ ਲਖਾਈ, ਹੁਣ ਦਿਸ ਰਿਹਾ ਹੈ ਕਿ ਆਪ ਜੀ ਦੇ ਇਹ ਚੋਟ ਲੱਗੀ ਹੈ, ਕਾਰਨ ਮੁਝ ਦੇਹੋ ਬਤਾਈ, ਗੁਰੂ ਮਹਾਰਾਜ ਜੀ ਇਹ ਚੋਟ ਲੱਗਣ ਦਾ ਕੀ ਕਾਰਨ ਹੈ ਮੈਨੂੰ ਦੱਸਣਾ ਕਰੋ। ਸ੍ਰੀ ਗੁਰੂ ਗਿਰਾ ਆਲਾਈ, ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਕਹੀ, ਏਕ ਅਜਾਲੀ ਅਜਾ ਚਰਾਈ, ਭਾਈ ਲਹਿਣੇ ਸੁਣ ਕਰ ਅਸੀਂ ਤੈਨੂੰ ਹਰ ਗੱਲ ਜਿਹੜੀ ਦੱਸਦੇ ਹਾਂ, ਤੂੰ ਸਾਡਾ ਬਹੁਤ ਪਰਮ ਪਿਆਰਾ ਹੈ, ਸੁਣਨਾ ਕਰ ਇਹ ਜਿਹੜੀ ਚੋਟ ਹੈ ਕਿਵੇਂ ਲੱਗੀ ਹੈ। ਏਕ ਅਜਾਲੀ ਅਜਾ ਚਰਾਈ, ਇੱਕ ਜਿਹੜਾ ਅਯਾਲੀ ਹੈ ਨਾ, ਅਯਾਲੀ ਕਹਿੰਦੇ ਨੇ ਭੇਡਾਂ ਬੱਕਰੀਆਂ ਚਾਰਨ ਵਾਲਾ, ਇੱਕ ਅਯਾਲੀ ਜਿਹੜਾ ਹੈ ਅਜਾ ਬੱਕਰੀਆਂ ਚਰਾ ਰਿਹਾ ਹੈ। ਦੋਹਰਾ ਮਾਨਕਾਂਤ ਹੋਏ ਪ੍ਰੀਤ ਜੁੱਤ ਪੜਹਿ ਸੋਹਿਲਾ ਸੋਏ, ਉਹ ਜਿਹੜਾ ਬੱਕਰੀਆਂ ਚਾਰ ਰਿਹਾ ਹੈ ਨਾ ਅਯਾਲੀ, ਉਹ ਆਪਣੇ ਮਾਨ ਨੂੰ ਇਕਾਂਤ ਕਰਕੇ ਭਾਵ ਕੇ ਟਕਾ ਕੇ ਪ੍ਰੀਤ ਜੋਤ ਸਹਿਤ ਪ੍ਰੀਤੀ ਦੇ ਪੜਹਿ ਸੋਹਿਲਾ ਸੋਏ, ਜੋ ਸੋਹਿਲਾ ਸਾਹਿਬ ਦੀ ਬਾਣੀ ਹੈ ਨਾ ਉਹ ਪੜ ਰਿਹਾ ਹੈ। ਕੰਟਕ ਝਾੜ ਅਪਾਰ ਜਹਿ ਫਿਰਤ ਪ੍ਰੇਮ ਮਹਿ ਹੋਏ, ਪਰ ਉਹ ਜਿਹੜਾ ਅਯਾਲੀ ਹੈ ਨਾ ਜਿੱਥੇ ਬਹੁਤੀਆਂ ਝਾੜੀਆਂ ਨੇ ਕੰਢੇ ਹਨ ਉੱਥੇ ਫਿਰ ਰਿਹਾ ਹੈ ਪ੍ਰੇਮ ਮਹਿ ਹੋਏ, ਪਰ ਉਹਦੇ ਮਨ ਦੇ ਵਿੱਚ ਜਿਹੜਾ ਹੈ ਬਾਣੀ ਦਾ ਬਹੁਤ ਪ੍ਰੇਮ ਹੈ। ਹੋਏ ਸਮੀਪ ਵਿਚਰੋ ਤੇ ਸੰਗ, ਉਹ ਜਿਹੜਾ ਹੈ ਸਾਡਾ ਧਿਆਨ ਧਰ ਕੇ ਧਿਆਨ ਨੂੰ ਲਾ ਕੇ ਬਾਣੀ ਪੜ ਰਿਹਾ ਹੈ, ਇਸ ਕਰਕੇ ਅਸੀਂ ਹੋਵੇ ਸਮੀਪ ਵਿਚਰੋ ਤੇ ਸੰਗਾ, ਅਸੀਂ ਉਹਦੇ ਸਮੀਪ ਭਾਵ ਕੇ ਉਹਦੇ ਪਾਸ ਹੋ ਕੇ ਉਹਦੇ ਨਾਲ ਨਾਲ ਵਿਚਰ ਰਹੇ ਹਾਂ। ਲੱਗਣੇ ਦਿਓ ਨਾ ਕੰਟਕ ਅੰਗ, ਅਸੀਂ ਉਹਦੇ ਸਰੀਰ ਨੂੰ ਕੋਈ ਵੀ ਕੰਡਾ ਜਿਹੜਾ ਹੈ ਨਹੀਂ ਲੱਗਣ ਦੇ ਰਹੇ। ਵਹਾਂ ਝਰੀਟ ਲੱਗੀ ਇਹ ਜਾਨੋ, ਭਾਈ ਲਹਿਣੇ ਜਾਨਣਾ ਕਰ ਉੱਥੇ ਹੀ ਜਿਹੜੀ ਹੈ ਸਾਨੂੰ ਇਹ ਝਰੀਟ ਲੱਗੀ ਹੈ, ਇਹ ਜ਼ਖਮ ਹੋਇਆ ਹੈ। ਲਹਿਣੇ ਸਾਚ ਬਚਨ ਮਮ ਮਾਨੋ, ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਲਹਿਣਾ ਇਹ ਜਿਹੜਾ ਬਚਨ ਹੈ ਨਾ ਸਾਡਾ, ਇਸ ਨੂੰ ਸੱਚਾ ਮੰਨਣਾ ਕਰ। ਸੋਹਿਲਾ ਜੋ ਕਿਤ ਕੋ, ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿਸੇ ਵੀ ਥਾਂ ਤੇ ਜੇਕਰ ਕੋਈ ਸੋਹਿਲਾ ਸਾਹਿਬ ਦੀ ਬਾਣੀ ਪੜਦਾ ਹੈ, ਸਮੀਪ ਨਿਸ਼ਚੈ ਮੈਂ ਹੋਂ, ਉਹ ਨਿਸ਼ਚੇ ਕਰਕੇ ਅਸੀਂ ਉਹਦੇ ਪਾਸ ਹੁੰਦੇ ਹਾਂ, ਔਰ ਸਾਡੀ ਜਿਹੜੀ ਮਰਿਆਦਾ ਹੈ ਪੰਜਾਂ ਬਾਣੀਆਂ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ, ਸ਼ਾਮ ਦੀਆਂ ਦੋ ਬਾਣੀਆਂ ਨੇ ਰਹਿਰਾਜ ਸਾਹਿਬ ਔਰ ਸੋਹਿਲਾ ਸਾਹਿਬ, ਜੋ ਰਾਤ ਨੂੰ ਸੌਣ ਦੇ ਸਮੇਂ ਪੜਨ ਦੀ ਆਗਿਆ ਹੈ।
ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਹੜਾ ਕਿਤੇ ਵੀ ਬੈਠਾ ਹੋਇਆ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਾ ਹੈ ਨਿਸ਼ਚੇ ਕਰਕੇ ਅਸੀਂ ਓਹਦੇ ਪਾਸ ਹੁੰਦੇ ਹਾਂ। ਕਹਿ ਪੁੰਨ ਇੱਕ ਸਿੱਖ ਹਕਾਰ, ਇਸ ਤਰ੍ਹਾਂ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਬੁਲਾਇਆ ਹੈ। ਸੋ ਬੋਲੇ ਮੁਖ ਉਦਾਰ, ਮੁਕਤੀ ਦਾਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਿੱਖ ਦੇ ਤਾਈ ਬੋਲੇ ਨੇ, ਅਮਕਾ ਜੋ ਥਲ ਤਹਾਂ ਇਆਲਾ, ਇਹ ਭਾਈ ਸਿੱਖ ਅਮਕਾ ਦਾ ਅਰਥ ਹੈ ਫਲਾਣੀ ਥਾਂ ਤੇ, ਕਿ ਫਲਾਣੀ ਥਾਂ ਤੇ ਜੋ ਸਿੱਖ ਹੈ ਅਯਾਲੀ, ਅਜਾ ਚਰਾਵਤ ਪ੍ਰੇਮ ਵਿਸ਼ਾਲਾ, ਉਹ ਜਿਹੜਾ ਹੈ ਝਾੜਾਂ ਦੇ ਵਿੱਚ ਬੱਕਰੀਆਂ ਨੂੰ ਚਰਾ ਰਿਹਾ ਹੈ ਪ੍ਰੇਮ ਵਿਸ਼ਾਲਾ, ਜਿਹਦੇ ਹਿਰਦੇ ਦੇ ਅੰਦਰ ਬਾਣੀ ਦਾ ਗੁਰਾਂ ਦਾ ਬਹੁਤਾ ਹੀ ਪ੍ਰੇਮ ਹੈ। ਜਾਵੋ ਤੁਮ ਤੇ ਨਿਕਟ ਨਿਹਾਰੀ, ਉਹਦੇ ਪਾਸ ਜਾ ਤੇ ਉਸ ਨੂੰ ਸਾਡੇ ਪਾਸ ਬੁਲਾ ਕੇ ਲਿਆਉਣਾ ਕਰ। ਆਦਰ ਯੋਗਤ ਸੋ ਆਏ ਹਕਾਰੀ, ਉਹਨੂੰ ਬੜੇ ਹੀ ਆਦਰ ਸਤਿਕਾਰ ਦੇ ਨਾਲ ਸਾਡੇ ਪਾਸ ਲਿਆਉਣਾ ਹੈ ਬੁਲਾ ਕੇ। ਪਾਏ ਗਯੋ ਸਿੱਖ ਤਹਿਮਾ, ਉਹ ਜਿਹੜਾ ਸਿੱਖ ਸੀ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਨੂੰ ਪਾ ਕੇ ਤਿਸ ਥਾਂ ਤੇ ਗਿਆ ਹੈ। ਅਜਾ ਚਰਾਏ ਅਯਾਲੀ ਜਹਿਵਾ, ਜਹਿਵਾ ਜਿਸ ਥਾਂ ਤੇ ਅਯਾਲੀ ਜਿਹੜਾ ਹੈ ਬੱਕਰੀਆਂ ਚਰਾ ਰਿਹਾ ਹੈ। ਇਹ ਬਿਲੋਕ ਬੋਲਿਓ ਅੰਮ੍ਰਿਤ ਬਾਣੀ, ਉਸ ਅਯਾਲੀ ਨੂੰ ਦੇਖ ਕੇ ਜਿਹੜਾ ਭੇਜਿਆ ਹੋਇਆ ਸਿੱਖ ਹੈ ਮੁਖ ਤੋਂ ਬੜੀ ਹੀ ਕੋਮਲ ਬਾਣੀ ਬਚਨ ਬੋਲਿਆ ਹੈ। ਹਕਾਰਤ ਗੁਰ ਗੁਣ ਖਾਨੀ, ਭਾਈ ਗੁਣਾਂ ਦੀ ਖਾਨ ਪੂਰਨ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੈਨੂੰ ਬੁਲਾ ਰਹੇ ਹਨ। ਸੁਣ ਕਰ ਚੱਲਿਓ ਸਿੱਖ ਕੇ ਸਾਥ, ਸੁਣ ਕੇ ਉਹ ਜਿਹੜਾ ਅਯਾਲੀ ਸੀ ਸਿੱਖ ਦੇ ਨਾਲ ਚੱਲ ਪਿਆ। ਆਏ ਨਵਾਇਓ ਜੁਗ ਪਗ ਮੱਥ, ਆ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋਨਾਂ ਚਰਨਾਂ ਤੇ ਮੱਥਾ ਟੇਕਿਆ ਹੈ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ, ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਯਾਲੀ ਕੋ ਗੁਰਾ ਗਿਰਾ ਅਲਾਈ, ਅਯਾਲੀ ਦੇ ਤਾਈ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਕਹੀ। ਦੋਹਰਾ ਸੋਵਣ ਸਮੇ ਬਖਾਨੀਆ, ਕੰਠ ਸੋਹਿਲਾ ਜੋਏ, ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਸੋਨਾ ਕਰ, ਜਿਹੜੀ ਤੈਨੂੰ ਸੋਹਿਲਾ ਸਾਹਿਬ ਦੀ ਬਾਣੀ ਕੰਠ ਹੈ ਨਾ, ਸੋਵਣ ਸਮੇ ਬਖਾਨੀਏ, ਇਸ ਨੂੰ ਜਿਹੜਾ ਹੈ ਸੌਣ ਦੇ ਸਮੇ ਕਹਿਣਾ ਹੈ, ਸੌਣ ਦੇ ਸਮੇ ਜਿਹੜਾ ਇਸ ਬਾਣੀ ਨੂੰ ਪੜ੍ਹਨਾ ਹੈ, ਔਰ ਉਸ ਦੀ ਮਰਿਆਦਾ ਹੈ ਕਿ ਸਰਾਣੇ ਵੱਲ ਨੂੰ ਮੁੱਖ ਕਰਕੇ ਜਿਹੜਾ ਹੈ ਜਿੱਧਰ ਨੂੰ ਆਪਣਾ ਸਿਰ ਹੁੰਦਾ ਹੈ ਉਧਰ ਨੂੰ ਮੁੱਖ ਕਰਕੇ ਬਾਣੀ ਜਿਹੜੀ ਹੈ ਪੜ੍ਹਨੀ ਹੁੰਦੀ ਹੈ। ਹਜ਼ੂਰ ਫਰਮਾਉਂਦੇ ਕਿ ਸੌਣ ਦੇ ਸਮੇਂ ਭਾਈ ਸਿੱਖ ਇਸ ਬਾਣੀ ਨੂੰ ਪੜ੍ਹਨਾ ਹੈ। ਸਦਕ ਖੁਸ਼ੀ ਬਹੁਰੋ ਕਰੀ ਦਵਾਇਤ ਹਿਰਦੈ ਤੇ ਖੋਏ, ਸਤਿਗੁਰੂ ਮਹਾਰਾਜ ਜੀ ਨੇ ਉਸ ਅਯਾਲੀ ਦੇ ਉੱਪਰ ਬਹੁਤ ਹੀ ਖੁਸ਼ੀ ਕੀਤੀ ਹੈ, ਉਹਦੇ ਹਿਰਦੇ ਤੋਂ ਸਾਰੀ ਦਵੈਤ ਭਾਵਨਾ ਨਾਸ਼ ਕਰ ਦਿੱਤੀ ਹੈ। ਅਯਾਲੀ ਨੇ ਬਿਨਾਂ ਉਚਾਰੀ, ਸੁਣ ਕੇ ਉਸ ਅਯਾਲੀ ਨੇ ਬੇਨਤੀ ਕੀਤੀ, ਆਪ ਜਿਉਂ ਹੋਏ ਅਰਜਾਏ ਤੁਮਾਰੀ, ਕਹਿੰਦਾ ਸਤਿਗੁਰੂ ਮਹਾਰਾਜ ਜੀ ਹੁਣ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ, ਕਿਉਂ ਮੈਂ ਕਰੂੰ ਧਾਰ ਔਰ ਪ੍ਰੀਤੀ, ਉਸੇ ਤਰ੍ਹਾਂ ਹਿਰਦੇ ਦੇ ਅੰਦਰ ਪ੍ਰੇਮ ਨੂੰ ਧਾਰ ਕੇ ਕਰਾਂਗਾ। ਸੋਈ ਲਖੋਂ ਸ਼ਾਂਤ ਦਾ ਰੀਤੀ, ਸੋਈ ਉਹੀ ਜਿਹੜੀ ਹੈ ਨਾ ਮੈਂ ਸ਼ਾਂਤੀ ਦੇਣ ਵਾਲੀ ਰੀਤੀ ਜਾਣਦਾ ਹਾਂ, ਜਿਵੇਂ ਆਪ ਜੀ ਉਚਾਰਨ ਕਰਦੇ ਹੋ। ਨਿਕਟ ਜੋ ਨਰ ਭਏ ਬਿਸਮੇ ਤਭੀ, ਜਿਤਨੇ ਵੀ ਪਾਸ ਮਨੁੱਖ ਖੜੇ ਸਨ ਇਸ ਕੌਤਕ ਨੂੰ ਇਸ ਘਟਨਾ ਨੂੰ ਦੇਖ ਕੇ ਬੜੇ ਹੈਰਾਨ ਹੋਏ। ਪਰੇ ਗੁਰੂ ਪਰ ਸ਼ਰਧਾ ਸਭੀ, ਸਾਰੇ ਹੀ ਸਤਿਗੁਰੂ ਮਹਾਰਾਜ ਜੀ ਤੇ ਬੜੀ ਸ਼ਰਧਾ ਨੂੰ ਧਾਰਦੇ ਨੇ। ਭਿਖਿਓ ਲੋਚਣ ਕਾਰਨ ਜੋਈ, ਉਹਨਾਂ ਨੇ ਜਿਹੜਾ ਹੈ ਆਪਣੇ ਨੇਤਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਲੱਤ ਦੇ ਉੱਪਰ ਜਿਹੜਾ ਚੋਟ ਲੱਗਣ ਦਾ ਕਾਰਨ ਦੇਖਿਆ ਹੈ। ਦ੍ਰਿੜ ਪ੍ਰਤੀਤ ਹਿਰਦੈ ਮੈਂ ਹੋਈ, ਸਾਰਿਆਂ ਦੇ ਹਿਰਦੇ ਦੇ ਅੰਦਰ ਦ੍ਰਿੜ ਪ੍ਰੀਤੀ ਭਰੋਸਾ ਹੋਇਆ ਹੈ। ਬੜੇ ਸੋਹਿਲਾ ਸੋਵਨ ਕਾਲ, ਜਿਨ੍ਹਾਂ ਜਿਨ੍ਹਾਂ ਨੇ ਇਸ ਕੌਤਕ ਨੂੰ ਦੇਖਿਆ ਇਸ ਘਟਨਾ ਨੂੰ ਦੇਖਿਆ ਉਹ ਸਾਰੇ ਹੀ ਪ੍ਰੇਮ ਦੇ ਨਾਲ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਨ। ਹਿਰਦੇ ਧਰ ਕੇ ਧਿਆਨ ਵਿਸਾਲ, ਜਿਹੜੇ ਹਿਰਦੇ ਦੇ ਅੰਦਰ ਧਿਆਨ ਧਰ ਕੇ ਸੋਹਿਲਾ ਸਾਹਿਬ ਦੀ ਬਾਣੀ ਨੂੰ ਪੜ੍ਹਨਗੇ, ਤਿੰਨ ਕਾ ਸਤਿਗੁਰੂ ਹੋਏ ਰਖਵਾਰਾ। ਜੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਉਹਨਾਂ ਦਾ ਰਖਵਾਲਾ ਹੋਵੇਗਾ, ਵਿਘਨ ਸਰਬ ਦੇ ਦੁੱਖ ਨਿਵਾਰ, ਦੇ ਸਾਰੇ ਵਿਘਨ ਅਤੇ ਦੁੱਖ ਜਿਹੜੇ ਹੈ ਗੁਰੂ ਆਪ ਕਿਰਪਾ ਕਰਕੇ ਦੂਰ ਕਰੇਗਾ ਜਿਹੜੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨਗੇ। ਤੀਨ ਬਰਖ ਜਾਵੇ ਸਬਿਦ ਬੀਤੀ, ਜਦੋਂ ਤਿੰਨ ਸਾਲ ਇਸੇ ਤਰ੍ਹਾਂ ਬਤੀਤ ਹੋਏ, ਲਹਿਣਾ ਸੇਵਾ ਕਰੇ ਯੁੱਤ ਪ੍ਰੀਤੀ, ਭਾਈ ਲਹਿਣਾ ਜੀ ਸਹਿਤ ਪ੍ਰੀਤੀ ਪ੍ਰੇਮ ਦੇ ਬੜੀ ਸੇਵਾ ਕਰਦੇ ਨੇ, ਉਹਨ ਨਕੇਤ ਸੁਧ ਲੈਣੇ ਕਾਰਨ, ਫਿਰ ਘਰ ਦੀ ਖਬਰ ਲੈਣ ਦੇ ਵਾਸਤੇ ਆਏ ਸਦੀਨੀ ਦੰਬ ਵਿਧਾਰਨ, ਖੰਡ ਨੂੰ ਨਾਸ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਗਿਆ ਦਿੱਤੀ ਹੈ। ਤਿੰਨ ਸਾਲ ਬਤੀਤ ਹੋ ਗਏ ਨੇ,
ਆਪ ਉਹਨਾਂ ਦਾ ਭਾਈ ਲਹਿਣਾ ਜੀ ਦਾ ਘਰ ਜਾਣ ਦਾ ਮਨ ਨਹੀਂ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਘਰ ਦੀ ਖਬਰ ਲੈਣ ਦੇ ਲਈ, ਘਰ ਦੀ ਸੁੱਖ ਸਾਂਦ ਲੈਣ ਦੇ ਲਈ ਆਗਿਆ ਦਿੱਤੀ ਹੈ। ਸੁਣ ਨਿਦੇਸ਼ ਪ੍ਰਭ ਜਾਏ ਨਾ ਮੋਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਗਿਆ ਸੁਣ ਕੇ ਭਾਈ ਲਹਿਣਾ ਜੀ ਤੋਂ ਮੋੜੀ ਨਹੀਂ ਗਈ। ਬੰਦੇ ਪਦ ਪੰਕਜ ਕਰ ਜੋਰੀ, ਦੋਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਹੈ। ਗਮਨਿਓ ਪੰਥ ਹਿਰਦੈ ਧਰ ਧਿਆਨ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹਿਰਦੇ ਦੇ ਵਿਚ ਧਿਆਨ ਧਰ ਕੇ ਰਸਤੇ ਨੂੰ ਗਿਆ ਹੈ। ਮਨ ਤੇਰ ਕਿੰਚਿਤ ਨਾਹੇ ਡੋਲਨ, ਆਪਣੇ ਮਨ ਨੂੰ ਜਿਹੜਾ ਟਿਕਾਇਆ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿਚ। ਕਿੰਚਿਤ ਨਾਹੇ ਡੋਲਾਨਾ, ਕਿੰਚਿਤ ਦਾ ਅਰਥ ਹੈ ਥੋੜਾ ਜਿਹਾ, ਥੋੜਾ ਜਿਨ੍ਹਾਂ ਵੀ ਆਪਣੇ ਮਨ ਨੂੰ ਡੁਲਾਇਆ ਨਹੀਂ ਹੈ। ਕ੍ਰਮ ਕਰ ਪਹੁੰਚ ਖਡੂਰ ਮਜਰ, ਸਾਰਾ ਰਸਤਾ ਲੰਘ ਕੇ ਖਡੂਰ ਸਾਹਿਬ ਨਗਰ ਦੇ ਵਿਚ ਪਹੁੰਚੇ ਹਨ। ਪ੍ਰਵੇਸ਼ਿਓ ਸਦਨ ਮਿਲਿਓ ਪਰਿਵਾਰ, ਭਾਈ ਲਹਿਣਾ ਆਪਣੇ ਘਰ ਦੇ ਵਿਚ ਪ੍ਰਵੇਸ਼ ਹੋਇਆ ਹੈ, ਸਾਰੇ ਪਰਿਵਾਰ ਨੂੰ ਮਿਲਿਆ ਹੈ। ਤਬ ਸਭ ਨਰਨ ਕਾਨ ਸੁਣ ਪਾਇਓ, ਤਦੋਂ ਖਡੂਰ ਸਾਹਿਬ ਨਗਰ ਦੇ ਸਾਰੇ ਹੀ ਲੋਕਾਂ ਨੇ ਭਾਈ ਲਹਿਣਾ ਜੀ ਦਾ ਆਉਣਾ ਸੁਣਿਆ ਹੈ ਕੰਨਾਂ ਦੇ ਵਿਚ। ਕਾਲ ਬੀਤੇ ਲਹਿਣਾ ਆਇਓ, ਭਾਈ ਲਹਿਣਾ ਬਹੁਤਾ ਲੰਮਾ ਸਮਾਂ ਬਤੀਤ ਕਰਨ ਤੋਂ ਬਾਅਦ ਵਿਚ ਘਰ ਦੇ ਵਿਚ ਆਇਆ ਹੈ। ਹੇਤ ਮਿਲ ਕਰਕੇ ਸਭ ਹੀ, ਸਾਰੇ ਹੀ ਭਾਈ ਲਹਿਣਾ ਨੂੰ ਮਿਲਣ ਦੇ ਵਾਸਤੇ। ਜਸ ਕਹਿਤ ਚਲ ਆਏ ਤਬ ਹੀ, ਸਾਰੇ ਹੀ ਭਾਈ ਲਹਿਣਾ ਜੀ ਦਾ ਜਸ ਕਹਿੰਦੇ ਹੋਏ ਮਿਲਣ ਦੇ ਵਾਸਤੇ ਘਰ ਦੇ ਵਿਚ ਆਏ ਨੇ। ਆਦਰ ਕਰਨ ਨਰਨ ਸਭ ਤਾਈ, ਸਾਰਿਆਂ ਹੀ ਮਨੁੱਖਾਂ ਦਾ ਸਤਿਕਾਰ ਕਰਨ ਦੇ ਵਾਸਤੇ। ਮੰਚ ਪਰਤੇ ਅਗਵਾ, ਭਾਈ ਲਹਿਣਾ ਜੀ ਆਪਣੇ ਮੰਚ ਤੋਂ ਭਾਵ ਪਲੰਘੇ ਤੋਂ ਮੰਜੇ ਤੋਂ ਉੱਠੇ ਹਨ ਸਾਰਿਆਂ ਨੂੰ ਮਾਨ ਸਤਿਕਾਰ ਦੇਣ ਦੇ ਲਈ। ਲਾਏ ਮਿਲਿਓ ਸਭ ਸੰਗ, ਜਿੰਨੇ ਵੀ ਪੁਰਸ਼ ਆਏ ਨੇ ਮਿਲਣ ਦੇ ਵਾਸਤੇ, ਸਾਰੇ ਹੀ ਪੁਰਸ਼ਾਂ ਨੂੰ ਭਾਈ ਲਹਿਣਾ ਜੀ ਗਲੇ ਦੇ ਨਾਲ ਲਾ ਕੇ ਮਿਲੇ ਹਨ। ਵੇਖਿਓ ਨਰਨ ਸੁਭਾਉ ਤੰਗ, ਸਾਰਿਆਂ ਮਨੁੱਖਾਂ ਨੇ ਦੇਖਿਆ ਹੈ ਕਿ ਭਾਈ ਲਹਿਣਾ ਜੀ ਦਾ ਜਿਹੜਾ ਸੁਭਾਅ ਹੈ ਨਾ, ਬੜਾ ਹੀ ਉੱਚਾ ਹੈ। ਸੁਸ਼ੀਲ ਚੌਧਰੀ ਗ੍ਰਾਮ, ਉਸ ਖਡੂਰ ਸਾਹਿਬ ਨਗਰ ਦਾ ਬਹੁਤ ਹੀ ਸੁਸ਼ੀਲ ਤੋਂ ਭਾਵ ਇੱਕ ਸਾਧੂ ਸੁਭਾਅ ਵਾਲਾ ਚੌਧਰੀ ਸੀ। ਉੱਤਮ ਆਏ ਤਖਤ ਮਲਨਾ, ਜਿਹੜਾ ਬੜਾ ਹੀ ਉੱਤਮ ਹੈ ਔਰ ਤਖਤ ਮਲ ਜਿਸ ਦਾ ਨਾਮ ਹੈ। ਤਬ ਆਏ ਵੰਦਨਾ ਕੀਨੀ, ਉਸ ਚੌਧਰੀ ਤਖਤ ਮਲ ਨੇ ਆ ਕੇ ਭਾਈ ਲਹਿਣਾ ਜੀ ਨੂੰ ਨਮਸਕਾਰ ਕੀਤੀ ਹੈ। ਸੇਵ ਨਿਮਰਤਾ ਮਹਿ ਮਤ ਭੀਨੀ, ਜਿਸ ਤਖਤ ਮਲ ਦੀ ਜਿਹੜੀ ਮਤ ਹੈ ਸੇਵਾ ਔਰ ਨਿਮਰਤਾ ਦੇ ਵਿਚ ਭਿੱਜੀ ਹੋਈ ਹੈ। ਲੋਕ ਲਹਿਣਾ ਕਹੇ ਬਚਨਾ, ਉਸ ਨੂੰ ਦੇਖ ਕੇ ਭਾਈ ਲਹਿਣਾ ਜੀ ਨੇ ਬਚਨ ਕਹੇ। ਮਾਧੁਰਤਾ ਮ੍ਰਿਦੁਲ ਜਿਨ ਰਚਨਾ, ਜਿਨ੍ਹਾਂ ਬਚਨਾਂ ਦੇ ਵਿਚ ਕੋਮਲਤਾ ਔਰ ਬੜੀ ਮਿਠਾਸ ਦੀ ਰਚਨਾ ਹੈ। ਮਤ ਵਿਸਾਲ ਗੱਲ ਮਿਲੀਏ ਆਈ, ਕਹਿੰਦੇ ਨੇ ਇਹ ਵੱਡੀ ਮਤ ਵਾਲੇ ਸ੍ਰੇਸ਼ਟ ਮਤ ਵਾਲੇ ਤਖਤ ਮਲ ਜੀ, ਸਾਨੂੰ ਗਲੇ ਆ ਕੇ ਮਿਲਣਾ ਕਰੋ ਪ੍ਰੇਮ ਦੇ ਨਾਲ। ਬੰਧਨ ਕਰ ਕਿਉਂ ਬੈਸੋ ਜਾਈ, ਤੁਸੀਂ ਸਾਨੂੰ ਦੂਰੇ ਨਮਸਕਾਰ ਕਰਕੇ ਕਿਉਂ ਬੈਠ ਗਏ ਹੋ। ਸਭ ਨਰਮ ਹੈ ਤੁਮਦਕ ਵਡੇਰੇ, ਤੁਸੀਂ ਸਾਰਿਆਂ ਹੀ ਮਨੁੱਖਾਂ ਦੇ ਵਿਚੋਂ ਪੁਰਸ਼ਾਂ ਦੇ ਵਿਚੋਂ ਸਭ ਤੋਂ ਵੱਡੇ ਹੋ ਗੁਣਾ ਕਰਕੇ ਔਰ ਆਯੂ ਕਰਕੇ। ਮਨ ਜੋ ਗ੍ਰਾਮ ਅਨੁਸਾਰ ਸੋ ਤੇਰੇ, ਹਜ਼ੂਰ ਸਾਹਿਬ ਨਗਰ ਦੇ ਸਾਰੇ ਹੀ ਲੋਕ ਤੁਹਾਡੀ ਆਗਿਆ ਦੇ ਅਨੁਸਾਰ ਹਨ। ਉੱਚੇ ਪਦ ਕੋ ਪਾਏ ਨਿਮਾਈ, ਤੁਸੀਂ ਉੱਚੇ ਪਦ ਨੂੰ ਪਾ ਕੇ ਬਹੁਤ ਹੀ ਨਿਮਰਤਾ ਦੇ ਵਿਚ ਰਹਿੰਦੇ ਹੋ। ਉੱਤਮ ਸੇ ਜਗ ਵਿਖੇ ਗਿਨਾਈ, ਜਿਹੜੇ ਉੱਤਮ ਪਦ ਨੂੰ ਪਾ ਕੇ ਚਾਹੇ ਜਿੰਨਾ ਮਰਜ਼ੀ ਕੋਈ ਪਦਵੀ ਦਰਜਾ ਪ੍ਰਾਪਤ ਹੋ ਜਾਵੇ, ਜਿਹੜੇ ਮਨ ਕਰਕੇ ਨੀਵੇਂ ਰਹਿੰਦੇ ਨੇ ਉੱਤਮ ਸੇ ਜਗ ਵਿਖੇ ਗਿਨਾਈ, ਉਹੀ ਜਿਹੜੇ ਨੇ ਸੰਸਾਰ ਦੇ ਅੰਦਰ ਉੱਤਮ ਗਿਣੇ ਜਾਂਦੇ ਹਨ। ਫਲ ਕੋ ਪਾਏ ਤਰੋਵਰ ਜੋਈ, ਅੱਗੇ ਉਦਾਹਰਨ ਦਿੰਦੇ ਨੇ ਕਿ ਜਿਵੇਂ ਕੋਈ ਤਰੋਵਰ ਕਹਿੰਦੇ ਨੇ ਰੁੱਖ ਨੂੰ, ਜਿਵੇਂ ਕੋਈ ਰੁੱਖ ਹੁੰਦਾ ਹੈ ਉਹ ਫਲ ਨੂੰ ਪਾ ਕੇ ਪਾਵ ਕੇ ਜਿਸ ਰੁੱਖ ਨੂੰ ਬਹੁਤਾ ਫਲ ਲੱਗਾ ਹੋਵੇ, ਸ਼ਾਖਾਂ ਝੁਕੈ ਧਰਨ ਪਰ ਸੋਈ, ਉਸੇ ਹੀ ਰੁੱਖ ਦੀਆਂ ਜਿਹੜੀਆਂ ਸ਼ਾਖਾਂ ਨੇ ਧਰਤੀ ਤੇ ਝੁਕਦੀਆਂ ਨੇ ਜਿਹਦੇ ਨਾਲ ਬਹੁਤਾ ਫਲ ਲੱਗਾ ਹੋਵੇ। ਕਹੇ ਚੌਧਰੀ ਦੋਏ ਕਰ ਜੋਰੇ, ਤਖਤ ਮਲ ਚੌਧਰੀ ਜਿਹੜਾ ਦੋਨੇ ਹੱਥ ਜੋੜ ਕੇ ਕਹਿੰਦਾ ਹੈ, ਤੁਮ ਸੁਸ਼ੀਲ ਅਤਿਸ਼ਯ ਪ੍ਰਿਯ ਮੋਰੇ, ਕਹਿੰਦਾ ਕਿ ਭਾਈ ਲਹਿਣਾ ਜੀ ਤੁਸੀਂ ਜਿਹੜੇ ਹੋ ਸੁਸ਼ੀਲ ਸੁਭਾਅ ਦੇ ਮਾਲਕ ਹੋ, ਤੁਹਾਡਾ ਜਿਹੜਾ ਸੁਭਾਅ ਹੈ ਬੜਾ ਸੁੰਦਰ ਹੈ
ਅਤੇ ਤੁਸੀਂ ਮੇਰੇ ਬਹੁਤ ਹੀ ਪਿਆਰੇ ਹੋ। ਮਹਾਂਪੁਰਖ ਕੇ ਜਗ ਚਿਰੰਕਾਲ, ਪਰ ਹੁਣ ਜਿਹੜਾ ਹੈ ਤੁਸੀਂ ਬਹੁਤ ਹੀ ਮਹਾਂਪੁਰਖ ਭਾਵ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਬੜਾ ਲੰਮਾ ਸਮਾਂ ਰਹਿ ਕੇ ਕਿੰਨੀ ਸੇਵਾ ਵਿਸ਼ਾਲ, ਉਹਨਾਂ ਦੇ ਪਾਸ ਰਹਿ ਕੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ। ਮਹਾਂਪੁਰਖ ਕੇ ਭਏ ਸਮਾਨ, ਇਸ ਕਰਕੇ ਤੁਸੀਂ ਮਹਾਂਪੁਰਖਾਂ ਦੇ ਸਮਾਨ ਹੀ ਹੋ ਗਏ ਹੋ। ਤੁਮਕੋ ਪੂਜਨ ਮੈਂ ਪਲ ਜਾਣ, ਤੁਹਾਡੇ ਗਲੇ ਮਿਲਣਾ ਮੈਂ ਯੋਗ ਨਹੀਂ ਜਾਣਿਆ। ਤੁਮਕੋ ਪੂਜਨ ਪਲ ਮੈਂ ਜਾਣਾ, ਮੈਂ ਤਾਂ ਤੁਹਾਨੂੰ ਜਿਹੜਾ ਪੂਜਣਾ ਭਾਵ ਕੇ ਤੁਹਾਡਾ ਸਤਿਕਾਰ ਕਰਨਾ ਉਹੀ ਚੰਗਾ ਜਾਣਿਆ ਹੈ। ਪਲ ਸੋ ਮਿਲਣ ਯੋਗ ਅਬ ਨਾਹੀਂ, ਹੁਣ ਤੁਹਾਡੇ ਗਲੇ ਮਿਲਣਾ ਯੋਗ ਨਹੀਂ ਹੈ। ਸੇਵਾ ਕਰਨ ਠਟੋਂ ਮਨ ਮਾਹੀਂ, ਮੈਂ ਤਾਂ ਆਪਣੇ ਮਨ ਦੇ ਵਿਚ ਇਹ ਧਾਰਿਆ ਹੈ ਕਿ ਹੁਣ ਤੋਂ ਮੈਂ ਤੁਹਾਡੀ ਸੇਵਾ ਕਰਾਂਗਾ। ਹੁਣ ਸ੍ਰੀ ਲਹਿਣਾ ਹਰ ਕਿਉਂ ਭਾਰੀ, ਸੁਣ ਕੇ ਸ੍ਰੀ ਲਹਿਣਾ ਜੀ ਬੜੇ ਖੁਸ਼ ਹੋਏ। ਖੁਸ਼ੀ ਅਦਕ ਤੇ ਉਪਰ ਧਾਰੀ, ਇਸ ਤਖਤੂ ਮਲ ਦੇ ਉਪਰ ਬਹੁਤ ਹੀ ਖੁਸ਼ੀ ਨੂੰ ਧਾਰਿਆ ਹੈ। ਕਹਿਓ ਬਚਨ ਤੂੰ ਅਤ ਬਿਰਧ ਹੋ ਮੈਂ, ਕਹਿੰਦੇ ਨੇ ਬਚਨ ਕੀਤਾ ਹੈ ਕਿ ਤਖਤੂ ਮਲ ਚੌਧਰੀ ਤੂੰ ਬਹੁਤ ਹੀ ਲੰਮੀ ਉਮਰ ਵਾਲਾ ਹੋਵੇਗਾ। ਸਤਿਗੁਰ ਭਾਵੇ ਸਭ ਦੁੱਖ ਖੋਵੇ, ਸਤਿਗੁਰਾਂ ਨੂੰ ਭਾਵੇ ਤਾਂ ਤੇਰੇ ਸਾਰੇ ਦੁੱਖ ਜਿਹੜੇ ਨੇ ਉਹ ਨਾਸ ਹੋਣਗੇ, ਭਾਵ ਕੇ ਆਪਣੇ ਮੁਖ ਤੋਂ ਜਿਹੜੀ ਹੈ ਉਸ ਤਖਤੂ ਮਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਭਾਏ ਸਦਨ ਮੈਂ ਸਰਬ ਪਦਾਰਥ, ਘਰ ਦੇ ਵਿਚ ਹੀ ਸਾਰੇ ਪਦਾਰਥਾਂ ਨੂੰ ਪ੍ਰਾਪਤ ਕਰ ਲਵੇਗਾ। ਜਾਏ ਪਰਲੋਕ ਹੋਏ ਕਿਰਤਾਰਥ, ਔਰ ਫਿਰ ਜਦੋਂ ਪਰਲੋਕ ਨੂੰ ਜਾਵੇਗਾ ਇਸ ਸੰਸਾਰ ਤੋਂ ਨਿਹਾਲ ਹੋ ਕੇ ਜਾਵੇਗਾ। ਤੇ ਤੇ ਨਿਕੇਤ ਕੇ ਮਾਹੀ, ਕਵੀ ਜੀ ਲਿਖਦੇ ਨੇ ਕਿ ਤਿਸ ਸਮੇਂ ਤੋਂ ਭਾਈ ਲਹਿਣਾ ਭਾਵ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਕਰਕੇ ਉਸ ਤਖਤੂ ਮਲ ਚੌਧਰੀ ਦੇ ਘਰ ਦੇ ਵਿਚ ਕਿਸੇ ਵਸਤੂ ਕੀ ਕਮਤੀ ਨਹੀਂ, ਕਿਸੇ ਵੀ ਵਸਤੂ ਦੀ ਕਮੀ ਨਹੀਂ ਆਈ, ਭਾਵ ਕੇ ਜਿਹੜਾ ਘਰ ਸੀ ਪਦਾਰਥਾਂ ਦੇ ਨਾਲ ਭਰਿਆ ਰਿਹਾ। ਕਰਨੀ ਭਗਤ ਹਿਰਦੇ ਮੈਂ ਜਾਗੀ, ਉਸ ਚੌਧਰੀ ਦੇ ਮਨ ਦੇ ਵਿਚ ਭਗਤੀ ਕਰਨੀ ਜਾਗੀ ਹੈ। ਸਤਿਗੁਰ ਨਾਮ ਸੰਗ ਲਿਵ ਲਾਗੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਨਾਲ ਲਿਵ ਲੱਗ ਗਈ ਹੈ। ਬਹਰੋ ਕਰਤ ਭਏ ਸਤ ਭਾਉ, ਫਿਰ ਉਹ ਬਹੁਤ ਹੀ ਸੱਚਾ ਪ੍ਰੇਮ ਕਰਦਾ ਹੈ। ਤਦ ਕਰੇ ਲੇਤ ਮੁਖ ਨਾਉ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੁਖ ਤੋਂ ਨਾਮ ਲੈ ਕੇ ਉਸਤਤੀ ਕਰਦਾ ਹੈ। ਤੇ ਸ਼ਿਨ ਬੈਠੋ ਤਖਤ ਮਲ, ਮਾਨਵ ਅਪਰ ਸੁਬ੍ਰਿੰਦ, ਭਾਈ ਲਹਿਣਾ ਦੇ ਘਰ ਦੇ ਵਿਚ ਤੇ ਸਮੇ ਬਹੁਤ ਹੀ ਮਨੁੱਖ ਔਰ ਚੌਧਰੀ ਤਖਤੂ ਮਲ ਜਿਹੜਾ ਉਹ ਬੈਠਾ ਹੈ। ਸ਼ਬਦ ਉਚਾਰਿਓ ਸਤਿਗੁਰੂ, ਸ਼ਰਧਾ ਹਿਤ ਸੁਖ ਕੰਦ, ਸ਼ਰਧਾ ਦੇ ਨਾਲ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜਿਹੜਾ ਸ਼ਬਦ ਹੈ ਨਾ, ਭਾਈ ਲਹਿਣਾ ਜੀ ਨੇ ਆਪਣੇ ਮੁਖ ਤੋਂ ਸਾਰਿਆਂ ਨੂੰ ਉਚਾਰਨ ਕਰਕੇ ਸੁਣਾਇਆ ਹੈ। ਸੂਹੀ ਮਹਲਾ ਪਹਿਲਾ, ਸੂਹੀ ਰਾਗ ਦੇ ਅੰਦਰ ਜੋ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ। ਜਿਨ ਕੋ ਭਾਂਡੇ ਭਾਉ ਤਨਾ ਸਵਾਰ ਸੀ, ਹਜ਼ੂਰ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਦੇ ਅੰਦਰ ਪ੍ਰੇਮ ਹੈ ਤਿੰਨਾ ਸਵਾਰ ਸੀ, ਉਹਨਾਂ ਨੂੰ ਹੀ ਉਸ ਪਰਮੇਸ਼ਰ ਨੇ ਸਵਾਰਿਆ ਹੈ, ਉਹਨਾਂ ਦਾ ਹਲਤ ਪਲਤ ਸਵਾਰਿਆ ਹੈ, ਜੀਵਨ ਸਵਾਰਿਆ ਹੈ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਦੇ ਅੰਦਰ ਪ੍ਰੇਮ ਹੈ। ਸੁਖੀ ਕਰੈ ਪਸਾਉ ਦੁਖ ਵਸਾਰ ਸੀ, ਉਹਨਾਂ ਨੂੰ ਹੀ ਪਰਮੇਸ਼ਰ ਨੇ ਜਿਹੜੀ ਸੁਖ ਦੀ ਦਾਤ ਹੈ ਨਾ ਉਹ ਪ੍ਰਾਪਤ ਕਰਵਾਈ ਹੈ, ਉਹਨਾਂ ਨੂੰ ਹੀ ਸੁਖ ਦੀ ਦਾਤ ਪ੍ਰਾਪਤ ਹੈ ਔਰ ਦੁੱਖ ਵਿਸਾਰ ਸੀ, ਪਰਮੇਸ਼ਰ ਉਹਨਾਂ ਦੇ ਸਾਰੇ ਜਿਹੜੇ ਦੁੱਖ ਹੈ ਵਿਸਾਰ ਸੀ ਵਿਸਾਰ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਸਹਸਾ ਮੂਲੇ ਨਾਹੇ ਸਰ ਪਰ ਤਾਰ ਸੀ, ਹਜ਼ੂਰ ਫਰਮਾਉਂਦੇ ਕਿ ਇਸ ਗੱਲ ਦੇ ਵਿਚ ਜਿਹੜਾ ਹੈ ਨਾ ਸਹਸਾ ਦਾ ਅਰਥ ਹੈ ਸ਼ੰਕਾ, ਮੂਲੇ ਦਾ ਅਰਥ ਹੈ ਥੋੜਾ ਜਿੰਨਾ ਵੀ, ਥੋੜਾ ਜਿੰਨਾ ਵੀ ਜਿਹੜਾ ਇਸ ਗੱਲ ਦੇ ਵਿਚ ਕੋਈ ਸ਼ੰਕਾ ਨਹੀਂ ਹੈ, ਸਰ ਪਰ ਤਾਰ ਸੀ ਪਰਮੇਸ਼ਰ ਜਿਹੜਾ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਹੈ ਉਸ ਨੂੰ ਸਰਪਰ ਦਾ ਅਰਥ ਹੈ ਜ਼ਰੂਰ ਜ਼ਰੂਰ ਤਾਰਦਾ ਹੈ। ਜਿਨ੍ਹਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਜਿਨ੍ਹਾਂ ਨੂੰ ਧੁਰੋਂ ਹੀ ਲਿਖਿਆ ਹੋਇਆ ਹੈ ਮੱਥੇ ਦੇ ਉੱਪਰ ਸ਼ਿਰੋਮਣੀ ਲੇਖ, ਉਹਨਾਂ ਨੂੰ ਹੀ ਗੁਰੂ ਸਾਹਿਬ ਆ ਕੇ ਮਿਲਦੇ ਹਨ। ਅੰਮ੍ਰਿਤ ਹਰ ਕਾ ਨਾਉ ਦੇਵੈ ਦੇਖਿਆ, ਜੋ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਮੌਤ ਤੋਂ ਰਹਿਤ ਕਰਨ ਵਾਲਾ ਹਰੀ ਨਾਮ, ਉਹਨਾਂ ਨੂੰ ਹੀ ਜਿਹੜਾ ਹੈ ਦੀਖਿਆ ਰੂਪ ਦੇ ਵਿਚ ਉਹ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਕਲ ਹੈ ਸਤਿਗੁਰ ਭਾਏ ਭਵਹਿ ਨਾ ਭੀਖਿਆ, ਜੋ ਸਤਿਗੁਰਾਂ ਦੇ ਭਾਏ ਦਾ ਅਰਥ ਹੈ ਪ੍ਰੇਮ, ਭਾਈ ਦਾ ਅਰਥ ਹੈ ਭਾਣਾ, ਜੋ ਸਤਿਗੁਰਾਂ ਦੇ ਭਾਣੇ ਦੇ ਅੰਦਰ ਪ੍ਰੇਮ ਦੇ ਅੰਦਰ ਚੱਲਦੇ ਨੇ ਭਵਹਿ ਨਾ ਭੀਖਿਆ, ਭੀਖਿਆ ਦਾ ਅਰਥ ਹੈ 84 ਲੱਖ ਜੂਨ ਦੇ ਵਿਚ ਜਿਹੜਾ ਹੈ ਉਹਨਾਂ ਨੂੰ ਪਾਉਣਾ ਨਹੀਂ ਪੈਂਦਾ,
ਉਹ 84 ਲੱਖ ਜੂਨ ਦੇ ਗੇੜੇ ਦੇ ਵਿੱਚ ਨਹੀਂ ਪੈਂਦੇ। ਜਾ ਕੋ ਮਹਿਲ ਹਜੂਰ ਦੂਜੇ ਨਵੇ ਕਿਸ, ਕਿ ਜਿਨ੍ਹਾਂ ਨੂੰ ਹਜੂਰ ਭਾਵ ਕੇ ਪ੍ਰਤੱਖ ਮਹਿਲ ਦਾ ਅਰਥ ਹੈ ਸਰੂਪ, ਜਿਨ੍ਹਾਂ ਨੂੰ ਪ੍ਰਤੱਖ ਸਰੂਪ ਜਿਹੜਾ ਹੈ ਪ੍ਰਗਟ ਹੋਇਆ ਹੈ, ਜਿਵੇਂ ਪ੍ਰਤੱਖ ਮਿਲੇ ਗੁਸਾਈਆਂ ਧੰਨਾ ਵਡਭਾਗਾ, ਜਿਨ੍ਹਾਂ ਨੂੰ ਪ੍ਰਤੱਖ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਆਪਣੀ ਹਜੂਰੀ ਦੇ ਅੰਦਰ ਦੇਖਦੇ ਨੇ, ਅਥਵਾ ਜਿਨ੍ਹਾਂ ਨੂੰ ਮਹਿਲ ਆਪਣੇ ਆਤਮਿਕ ਸਰੂਪ ਦੀ ਜਿਹੜੀ ਹੈ ਪ੍ਰਾਪਤੀ ਹੋਈ ਹੈ। ਦੂਜੇ ਨਿਵੇ ਕਿਸ, ਹਜੂਰ ਫਰਮਾਉਂਦੇ ਨੇ ਕਿ ਉਹ ਜਿਹੜਾ ਹੈ ਹੋਰ ਦੂਜੇ ਕਿਸੇ ਦੇ ਅੱਗੇ ਨਿਉਂਦੇ ਨੀ, ਭਾਵ ਕੇ ਨਮਸਕਾਰ ਨਹੀਂ ਕਰਦੇ। ਦਰ ਦਰਬਾਣੀ ਨਾਹੇ ਮੂਲੇ ਪੁੱਛ ਤਿਸ, ਉਹਨਾਂ ਨੂੰ ਜਿਹੜਾ ਹੈ ਪਰਮੇਸ਼ਰ ਦੀ ਅੱਗੇ ਦਰਗਾਹ ਦੇ ਵਿੱਚ ਜਾ ਕੇ, ਦਰਬਾਣੀ ਦਾ ਅਰਥ ਹੈ ਦੁਆਰਪਾਲ ਜਮ ਜਿਹੜੇ ਨੇ, ਕਿਸੇ ਪ੍ਰਕਾਰ ਦੀ ਉਹਨਾਂ ਤੋਂ ਥੋੜੀ ਜਿੰਨੀ ਵੀ ਪੁੱਛ ਨਹੀਂ ਕਰਦੇ, ਉਹਨਾਂ ਤੋਂ ਜਿਹੜੀ ਹੈ ਪੁੱਛਗਿੱਛ ਨਹੀਂ ਹੁੰਦੀ। ਜਿਵੇਂ ਹਜ਼ੂਰ ਦੀ ਬਾਣੀ ਦਾ ਫਰਮਾਨ ਹੈ, ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਕਹਿੰਦੇ ਕਿ ਚਿੱਤਰ ਗੁਪਤ ਤੋਂ ਮੰਨੇ ਗਏ ਨੇ, ਉਹ ਜੀਵ ਦੇ ਚੰਗੇ ਮਾੜੇ ਕਰਮਾਂ ਦੀ ਲਿਖਤ ਲਿਖਦੇ ਨੇ, ਪਰ ਕਹਿੰਦੇ ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ, ਉਹ ਜਿਹੜੇ ਨੇ ਭਗਤ ਜਨਾਂ ਨੂੰ ਜਿਹੜਾ ਆਪਣੀ ਦ੍ਰਿਸ਼ਟੀ ਦੇ ਨਾਲ ਨਿਗਾਹ ਦੇ ਨਾਲ ਨਹੀਂ ਦੇਖਦੇ। ਔਰ ਜਿਹੜਾ ਹਰ ਕਾ ਸੇਵਕ ਹੈ, ਕਹਿੰਦੇ ਜਦੋਂ ਦਰਗਾਹ ਦੇ ਵਿੱਚ ਜਾਂਦਾ, ਜਮਦੂਤ ਮਿਲਾਂ ਦੇ ਭੇਟ ਨਿਤ ਸੇਵਕ ਹੋਈ। ਕਹਿੰਦੇ ਜਮ ਜਿਹੜੇ ਨੇ ਉਹ ਵੀ ਅੱਗੋਂ ਭੇਟਾ ਦੇ ਕੇ ਮਿਲਦੇ ਨੇ। ਜਮਾਂ ਦਾ ਕੰਮ ਕੀ ਹੈ ਕਿ ਮੰਦ ਜੀਵਾਂ ਨੂੰ ਸਜਾਵਾਂ ਦੇ ਕੇ ਲਿਜਾਣਾ। ਕਹਿੰਦੇ ਜਮਾਂ ਤੋਂ ਸਾਰੇ ਡਰਦੇ ਨੇ, ਪਰ ਜਿਹੜਾ ਹਰ ਕਾ ਸੇਵਕ ਹੈ ਜਿਹਦੇ ਮੱਥੇ ਤੇ ਸ਼ਿਰੋਮਣੀ ਲੇਖ ਲਿਖੇ ਨੇ, ਉਹਨਾਂ ਨੂੰ ਕਹਿੰਦੇ ਕਿ ਉਹ ਜਮ ਜਿਹੜੇ ਨੇ ਜਮਦੂਤ ਮਿਲੇ ਦੇ ਭੇਟ ਭੇਟਾ ਦੇ ਕੇ ਮਿਲਦੇ ਨੇ, ਸਵਾਗਤ ਕਰਦੇ ਨੇ, ਸੇਵਕ ਨਿਤ ਹੋਈ ਸਦਾ ਸੇਵਕ ਬਣ ਕੇ ਰਹਿੰਦੇ ਹਨ। ਛੂਟੇ ਪਾ ਕੇ ਬੋਲ ਸਾਹਿਬ ਨਗਰ ਜਿਸ, ਜਿਸ ਮਹਾਤਮਾ ਦੇ ਉੱਪਰ ਉਸ ਪਰਮੇਸ਼ਰ ਦੀ ਨਦਰ ਹੈ, ਕਿਰਪਾ ਦ੍ਰਿਸ਼ਟੀ ਹੈ, ਛੁੱਟੈ ਤਾਕ ਹੈ ਬੋਲ। ਹਜ਼ੂਰ ਫਰਮਾਉਂਦੇ ਨੇ ਕਿ ਉਸ ਮਹਾਤਮਾ ਦੇ ਬਚਨਾਂ ਦੇ ਨਾਲ ਸੰਸਾਰ ਸਮੁੰਦਰ ਤੋਂ ਛੁੱਟ ਜਾਈਦਾ ਹੈ। ਕੱਲੇ ਆਣੇ ਆਪ ਜਿਸ ਨਾਹੀਂ ਦੂਜਾ ਮਤਾ ਕੋਈ, ਉਹ ਪਰਮੇਸ਼ਰ ਸਮਰੱਥ ਜਿਹੜਾ ਉਹਦੇ ਹੀ ਕੱਲੇ ਹੋਏ ਜਿਹੜੇ ਜੀਵ ਨੇ ਆਣੇ ਇਸ ਸੰਸਾਰ ਤੇ ਆਉਂਦੇ ਨੇ, ਉਹਦੇ ਭੇਜੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ ਤੇ ਕੱਲੇ ਇਸ ਸੰਸਾਰ ਤੋਂ ਜਿਹੜਾ ਉਹਦੇ ਭੇਜੇ ਹੋਏ ਜਿਹੜੇ ਜੀਵ ਨੇ ਇਸ ਸੰਸਾਰ ਤੋਂ ਜਾਂਦੇ ਨੇ। ਦੂਜਾ ਮਤਾ ਕੋਏ, ਕਹਿੰਦੀ ਕੋ ਪਰਮੇਸ਼ਰ ਜਿਹੜਾ ਹੈ ਨਾ ਉਹਦੇ ਭੇਜੇ ਹੀ ਆਉਂਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਜਾਂਦੇ ਨੇ। ਉਹ ਪਰਮੇਸ਼ਰ ਕਿਸੇ ਦੂਜੇ ਤੋਂ, ਕਹਿੰਦੇ ਕਿ ਮਤਾ ਸਲਾਹ ਨਹੀਂ ਲੈਂਦਾ, ਕਿਸੇ ਦੂਜੇ ਤੋਂ ਰਾਏ ਨਹੀਂ ਲੈਂਦਾ। ਜਿਵੇਂ ਹਜ਼ੂਰ ਦੀ ਬਾਣੀ ਦਾ ਫਰਮਾਨ ਹੈ, ਬੀਓ ਪੂਛ ਨਾ ਮਸਲਤ ਧਰੈ, ਬੀਓ ਦਾ ਅਰਥ ਹੈ ਦੂਜਾ। ਕਹਿੰਦੇ ਕਿ ਕਿਸੇ ਦੂਜੇ ਤੋਂ ਪੁੱਛ ਕੇ ਜਿਹੜਾ ਪਰਮੇਸ਼ਰ ਸਲਾਹ ਨਹੀਂ ਕਰਦਾ, ਤਾਹੇ ਸਾਰੇ ਸਾਜ ਜਾਣੇ ਸਭ ਸੋਏ, ਉਹ ਪਰਮੇਸ਼ਰ ਜਿਹੜਾ ਆਪ ਹੀ ਸਾਰਿਆਂ ਨੂੰ ਸਾਜਣ ਵਾਲਾ ਹੈ, ਢਾਉਣ ਵਾਲਾ ਹੈ, ਔਰ ਫਿਰ ਆਪ ਹੀ ਜਿਹੜਾ ਹੈ ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ। ਜਾਣੇ ਸਭ ਸੋਏ, ਉਹ ਸੋਏ ਪਰਮੇਸ਼ਰ ਸਭ ਕੁਝ ਜਾਣਦਾ ਹੈ। ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ, ਹਜ਼ੂਰ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਉੱਪਰ ਗੁਰੂ ਦੀ ਔਰ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਉਹਨਾਂ ਨੂੰ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਲਹਿਸ਼ਨ ਸੁਣ ਕੇ ਬੰਦਨ ਕੀਨੀ, ਭਾਈ ਲਹਿਣਾ ਜੀ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਸੁਣ ਕੇ ਸਾਰਿਆਂ ਨਮਸਕਾਰ ਕੀਤੀ ਹੈ। ਭਾਵ ਵਿਖੇ ਮਤ ਸਭ ਕੀ ਭੀਨੀ, ਪ੍ਰੇਮ ਦੇ ਵਿੱਚ ਸਾਰਿਆਂ ਦੀ ਹੀ ਮਤ ਭਿੱਜ ਗਈ ਹੈ। ਇਸ ਪ੍ਰਕਾਰ ਮਿਲ ਕੀਨੋ ਗਵਨੰ, ਇਸ ਤਰ੍ਹਾਂ ਸਾਰਿਆਂ ਨੇ ਹੀ ਮਿਲ ਕੇ ਭਾਈ ਲਹਿਣਾ ਜੀ ਨੂੰ ਆਪੋ ਆਪਣੇ ਘਰਾਂ ਨੂੰ ਜਾਣਾ ਕੀਤਾ ਹੈ। ਭਾਈ ਲਹਿਣਾ ਜੀ ਕੁਝ ਕੁ ਦਿਨ ਆਪਣੇ ਘਰ ਦੇ ਵਿੱਚ ਰਹੇ, ਪਰ ਘਰ ਦੇ ਵਿੱਚ ਇੱਕ ਛਿਨ ਮਾਤਰ ਵੀ ਜਿਹੜਾ ਮਨ ਹੈ ਪਰਚਦਾ ਨਹੀਂ ਹੈ, ਘਰ ਦੇ ਵਿੱਚ ਮਨ ਲੱਗਦਾ ਨਹੀਂ ਹੈ। ਆਂਗਣ ਕਬ ਬਾਹਰ ਜਾਏ, ਕਦੇ ਤਾਂ ਘਰ ਦੇ ਵਿਹੜੇ ਦੇ ਵਿੱਚ ਆ ਜਾਂਦੇ ਨੇ, ਕਦੋਂ ਕਦੇ ਘਰੋਂ ਬਾਹਰ ਚਲੇ ਜਾਂਦੇ ਹਨ। ਪਦ ਪੰਕਜ ਢਿੱਗ ਮਨ ਸ਼ੋਰ, ਭਾਈ ਲਹਿਣਾ ਨੇ ਆਪਣਾ ਜਿਹੜਾ ਮਨ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਪਾਸੇ ਛੱਡ ਦਿੱਤਾ ਹੈ। ਆਯੋ ਨਕੇਤ ਕੀ ਔਰ, ਇਹੀ ਹੈ ਕਿ ਜਿਹੜਾ ਸਰੀਰ ਹੈ ਕੇਵਲ ਉਹੀ ਘਰ ਵੱਲ ਨੂੰ ਆਇਆ ਹੈ, ਮਨ ਕਰਕੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਹਨ। ਕੈਸੇ ਹੋਏ ਚੈਨ ਮਨ ਮਾਹੀ, ਕਵੀ ਜੀ ਕਹਿੰਦੇ ਨੇ ਕਿ ਫਿਰ ਮਨ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਚੈਨ ਹੈ ਸੁੱਖ ਹੈ ਪ੍ਰਾਪਤ ਹੋ ਸਕਦਾ, ਕਿਉਂਕਿ ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਕੇਵਲ ਤਾਂ ਹੀ ਜਿਹੜਾ ਹੈ ਖਡੂਰ ਸਾਹਿਬ ਨਗਰ ਦੇ ਵਿੱਚ ਹੈ, ਘਰ ਦੇ ਵਿੱਚ ਹੈ। ਚੰਦ ਚਕੋਰ ਚੀਤ ਚਿਤ ਚਾਹੇ, ਮਨ ਦੇ ਵਿੱਚ ਜਿਹੜਾ ਇਸ ਤਰ੍ਹਾਂ ਚਿੱਤ ਦੇ ਅੰਦਰ ਚਾਹਣਾ ਲੱਗੀ ਹੈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ,
ਜਿਵੇਂ ਚਕੋਰ ਜਿਹੜੀ ਚੰਦ ਨੂੰ ਚਾਹੁੰਦੀ ਹੈ ਲੋਚਨ ਕਮਲ ਰਹੇ ਅਲਸਾਏ ਭਾਈ ਲਹਿਣਾ ਦੇ ਜਿਹੜੇ ਕਮਲਾਂ ਵਰਗੇ ਨੇਤਰ ਨੇ ਉਹ ਸਦਾ ਹੀ ਅਲਸਾਏ ਰਹਿੰਦੇ ਹਨ ਆਪਣਾ ਪ੍ਰੀਤ ਮਰਾਵ ਪਾਏ ਜਿਵੇਂ ਆਪਣੇ ਪਿਆਰੇ ਪਤੀ ਤੋਂ ਬਿਨਾਂ ਜਿਹੜਾ ਹੈ ਇਸਤਰੀ ਦੀ ਹਾਲਤ ਹੁੰਦੀ ਹੈ ਇਸੇ ਤਰ੍ਹਾਂ ਬਿਨ ਆਪਣਾ ਪ੍ਰੀਤਮ ਰੱਬ ਪਾਏ ਕਿਉਂਕਿ ਉਹਨਾਂ ਨੂੰ ਜਿਹੜਾ ਪ੍ਰੀਤਮ ਰੂਪੀ ਸੂਰਜ ਹੈ ਉਹ ਦਿਸਦਾ ਨਹੀਂ ਹੈ ਇਸ ਕਰਕੇ ਨੇਤਰ ਜਿਹੜੇ ਨੇ ਸਦਾ ਅਲਸਾਏ ਰਹਿੰਦੇ ਹਨ ਕਿਸੇ ਦੇ ਨਾਲ ਕੋਈ ਬਚਨ ਨਹੀਂ ਕਰਦੇ ਹਿਰਦਾ ਸਦਾ ਉਦਾਸ ਰਹਿੰਦਾ ਹੈ ਆਪਣੇ ਘਰ ਦੇ ਜਿਹੜੇ ਕੰਮ ਨੇ ਉਹਨਾਂ ਦੀ ਕੋਈ ਖਬਰ ਨਹੀਂ ਲੈਂਦੇ ਰਹੇ ਅਲਪ ਦਿਨ ਬੀਚ ਖਡੂਰੇ ਥੋੜੇ ਕੀ ਦਿਨ ਖਡੂਰ ਸਾਹਿਬ ਨਗਰ ਦੇ ਵਿਚ ਰਹੇ ਚੱਲਿਓ ਨਿਕਟ ਗੁਰ ਪੂਰੇ ਫਿਰ ਚਾਹੁੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਜਾਣਾ ਸਭਨ ਸੋ ਮਿਲ ਕਰ ਹੇ ਪ੍ਰਸੰਗ ਆਪਣੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਪਰਿਵਾਰ ਨੂੰ ਪ੍ਰੇਮ ਦੇ ਸਹਿਤ ਮਿਲ ਕੇ ਪੰਥ ਹਿਰਦੈ ਸੋ ਉਮੰਗ ਬਾਈ ਲਹਿਣਾ ਸਹਿਤ ਹਿਰਦੇ ਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਮੰਗਾਂ ਦਾ ਅਰਥ ਹੈ ਉਤਸ਼ਾਹ ਬੜਾ ਉਤਸ਼ਾਹ ਹੈ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ ਰਸਤੇ ਦੇ ਉੱਪਰ ਚੱਲੇ ਨੇ ਹਰ ਕਹਿ ਰਹੇ ਰਹੋ ਕੁਛ ਔਰੀ ਨਗਰ ਦੇ ਲੋਕ ਕਹਿੰਦੇ ਨੇ ਕਿ ਭਾਈ ਲਹਿਣਾ ਜੀ ਕੁਝ ਦਿਨ ਹੋਰ ਘਰ ਦੇ ਵਿਚ ਰਹਿਣਾ ਕਰੋ ਬਹੁਤ ਦਿਨ ਮੈਂ ਆਇਓ ਨਿਜ ਠੋਰੀ ਤੁਸੀਂ ਬਹੁਤ ਦਿਨਾਂ ਬਾਅਦ ਆਪਣੇ ਘਰ ਆਏ ਹੋ ਯਥਾ ਯੋਗ ਸਭ ਸੋ ਕਹਿ ਨੀਕੇ ਯਥਾ ਯੋਗ ਸਾਰਿਆਂ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਕੇ ਪਹੁੰਚਿਓ ਪੁਰ ਕਰਤਾਰ ਨਜੀਕੇ ਭਾਈ ਲਹਿਣਾ ਜੀ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਪਹੁੰਚ ਗਏ ਦਰਸ਼ ਦੇਖਿਓ ਸੁਖਦਾਈ ਜਾ ਕੇ ਸੁਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਮਨ ਬਿਨ ਫਣੀ ਮਨੋ ਮਨ ਪਾਈ ਕਵੀ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਦਰਸ਼ਨ ਕਰਕੇ ਇਸ ਤਰ੍ਹਾਂ ਸੁਖ ਪ੍ਰਾਪਤ ਹੋਇਆ ਮਨ ਲੈਣਾ ਕਰੋ ਕਿ ਜਿਵੇਂ ਕਿਸੇ ਨਾਗ ਦੀ ਮਣੀ ਗਵਾਚੀ ਹੋਵੇ ਉਹਨੂੰ ਮੁੜ ਕੇ ਫਿਰ ਤੋਂ ਪ੍ਰਾਪਤ ਹੋ ਜਾਵੇ ਤਾਂ ਉਹਨੂੰ ਸੁਖ ਪ੍ਰਾਪਤ ਹੁੰਦਾ ਇਸੇ ਤਰ੍ਹਾਂ ਜਿਹੜਾ ਹੈ ਭਾਈ ਲਹਿਣਾ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੁਖ ਪ੍ਰਾਪਤ ਹੋਇਆ ਹੈ ਸ਼ਰਨ ਸ਼ਰਨ ਕਹਿ ਚਰਨ ਗਹਾਨੇ ਸ਼ਰਨ ਸ਼ਰਨ ਕਹਿ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਫੜ ਲਏ ਨਮੋ ਕੀਨ ਪਰ ਦੰਡ ਸਮਾਨੇ ਸਤਿਗੁਰੂ ਮਹਾਰਾਜ ਜੀ ਨੂੰ ਡੰਡਵਤ ਹੋ ਕੇ ਨਮਸਕਾਰ ਕੀਤੀ ਹੈ ਜਿਸ ਨੂੰ ਕਹਿ ਦਿੱਤਾ ਜਾਂਦਾ ਡੰਡੌਤ ਬੰਦਨਾ ਡੰਡੇ ਦੇ ਵਾਂਗੂ ਲੰਮਾ ਪੈ ਕੇ ਸਾਰੇ ਅੰਗ ਲਾ ਕੇ ਨਮਸਕਾਰ ਕਰਨੇ ਪੁਰਖਾ ਭਲਾ ਕਰੇ ਕਰਤਾਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਐ ਪੁਰਖਾ ਕਰਤਾਰ ਪਰਮੇਸ਼ਰ ਤੇਰਾ ਭਲਾ ਕਰੇਗਾ ਢਿੱਗ ਬਿਠਾਏ ਸਤਕਾਰ ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਪਾਸ ਬਿਠਾਇਆ ਹੈ ਲਹਿਣੇ ਤੂਰਨ ਹੀ ਚੱਲ ਆਇਓ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਲਹਿਣਾ ਜੀ ਬੜੀ ਛੇਤੀ ਆ ਗਏ ਹੋ ਰਹਿਣ ਨਕੇਤ ਨਾ ਕਿਉਂ ਮਨ ਪਾਇਓ ਤੁਹਾਡਾ ਜਿਹੜਾ ਮਨ ਹੈ ਘਰ ਦੇ ਵਿਚ ਰਹਿਣ ਨੂੰ ਕਿਉਂ ਨਹੀਂ ਕੀਤਾ ਸਭ ਜਾਣੋ ਸ਼੍ਰੀ ਜਗਨਨਾਥ ਕੇ ਭਾਈ ਲਹਿਣਾ ਕਹਿੰਦੇ ਨੇ ਜਗਤ ਦੇ ਨਾਥਾ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਸਭ ਕੁਝ ਜਾਣਦੇ ਹੋ ਆਉਣ ਰਹਿਣ ਨਹੀਂ ਮੁਝ ਹੱਥ ਆਉਣਾ ਤੇ ਜਾਣਾ ਜਿਹੜਾ ਹੈ ਮੇਰੇ ਹੱਥ ਦੇ ਵਿਚ ਨਹੀਂ ਹੈ ਪਤੰਗ ਹੋਏ ਡੋਰ ਅਧੀਨ ਜਿਵੇਂ ਜਿਹੜੀ ਪਤੰਗ ਹੁੰਦੀ ਹੈ ਉਹ ਡੋਰ ਦੇ ਅਧੀਨ ਹੁੰਦੀ ਹੈ ਚਾਹੇ ਖਿਡਾਰ ਕਰਖ ਤਬਲੀਨ ਜਦੋਂ ਵੀ ਉਸ ਨੂੰ ਖਿਡਾਰ ਪਤੰਗ ਨੂੰ ਉਡਾਉਣ ਵਾਲਾ ਚਾਹੇ ਖਿੱਚ ਲੈਂਦਾ ਹੈ ਸੇਵਾ ਵਿਖੇ ਮਨ ਲਾਭ ਇਸ ਤਰ੍ਹਾਂ ਕਹਿ ਕੇ ਭਾਈ ਲਹਿਣਾ ਨੇ ਆਪਣਾ ਜਿਹੜਾ ਮਨ ਹੈ ਸੇਵਾ ਦੇ ਵਿਚ ਲਾਇਆ ਹੈ ਕਹਿਣ ਤੋਂ ਭਾਵ ਕਿ ਮੇਰਾ ਵੀ ਜਿਹੜੇ ਮਨ ਰੂਪੀ ਪਤੰਗ ਹੈ ਨਾ ਇਹ ਆਪ ਜੀ ਦੇ ਹੱਥ ਦੇ ਵਿਚ ਜਿਹੜਾ ਹੈ ਉਹਦੀ ਡੋਰ ਹੈ ਜਦੋਂ ਚਾਹੁੰਦੇ ਹੋ ਉਸ ਨੂੰ ਖਿੱਚ ਲੈਂਦੇ ਹੋ ਇਸ ਤਰ੍ਹਾਂ ਕਹਿ ਕੇ ਆਪਣਾ ਜਿਹੜਾ ਮਨ ਸੇਵਾ ਦੇ ਵਿਚ ਲਾਇਆ ਹੈ ਦੇਖਤ ਦਰਸ਼ ਰਹਿਤ ਹੁਣ ਸਾਵਾ ਭਾਈ ਲਹਿਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਦੇਖ ਕੇ ਖੁਸ਼ ਹੋਇਆ ਰਹਿੰਦਾ ਹੈ ਸਾਮ ਦਮ ਨੇਮ ਵਿਰਾਗ ਯਮ ਕਰੁਣਾ ਸਤ ਸੰਤੋਖ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਸਮ ਦਾ ਅਰਥ ਹੈ ਕਿ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਮਨ ਨੂੰ ਰੋਕਣਾ ਦਮ ਦਾ ਅਰਥ ਹੈ ਕਿ ਬਾਹਰੀ ਜਿਹੜੇ ਆਪਣੇ ਇੰਦਰੇ ਨੇ ਇਹਨਾਂ ਨੂੰ ਵਸ ਦੇ ਵਿਚ ਕਰਨਾ ਨੇਮ ਕਰਨਾ ਕਿ ਪੱਕੀ ਜਿਹੜੀ ਕੋਈ ਮਰਿਆਦਾ ਬਣਾਈ ਹੋਣੀ ਅੰਮ੍ਰਿਤ ਵੇਲੇ ਉੱਠਣ ਦੀ ਜਾਂ ਹੋਰ ਕਾਰਜ ਕਰਨ ਦੀ ਜਿਹੜੀ ਅਧਿਆਤਮਿਕ ਕਾਰਜ ਕਰਨ ਦੀ ਵੈਰਾਗ ਮਨ ਦੇ ਵਿਚ ਵੈਰਾਗ ਨੂੰ ਧਾਰ ਕੇ ਰੱਖਣਾ ਕਿ ਸੰਸਾਰੀ ਧੰਦਿਆਂ ਵੱਲੋਂ ਜਿਹੜਾ ਹੈ ਸੰਸਾਰੀ ਪਦਾਰਥਾਂ ਵੱਲੋਂ ਮਨ ਦੇ ਵਿਚ ਵੈਰਾਗ ਰੱਖਣਾ ਯਮ ਜਿਹੜਾ ਹੈ ਕਿ ਸੋਚ ਪਵਿੱਤਰਤਾ ਆਦਿਕ ਕਰਨੀ ਕਰੁਣਾ ਮਨ ਦੇ ਵਿਚ ਕਿਰਪਾਲਤਾ ਨੂੰ ਧਾਰਨ ਕਰਕੇ ਰੱਖਣਾ ਮਨ ਜਿਹੜਾ ਹੈ ਕਿਸੇ ਦੇ ਦੁੱਖ ਨੂੰ ਦੇਖ ਕੇ ਦਰਬ ਜਾਣਾ ਸਤ
ਅਤਿਸ਼ਯ ਕਰਕੇ ਜਿਹੜੇ ਆ ਸੱਚੇ ਬਚਨ ਬੋਲਣੇ ਔਰ ਸੰਤੋਖ ਮਨ ਦੇ ਵਿੱਚ ਸੰਤੋਖ ਨੂੰ ਧਾਰਨ ਕਰਕੇ ਰੱਖਣਾ ਜਥਾ ਲਾਭ ਤਥਾ ਸੰਤੁਸ਼ਟ। ਜਿੰਨੀ ਕੁ ਚੀਜ਼ ਪ੍ਰਾਪਤ ਹੋ ਜਾਵੇ, ਜਿੰਨਾ ਕੁ ਕੁਝ ਪ੍ਰਾਪਤ ਹੋ ਜਾਵੇ ਉਹਦੇ ਵਿੱਚ ਸੰਤੁਸ਼ਟ ਰਹਿਣਾ। ਔਰ ਕਵੀ ਜੀ ਇਹ ਜਿਹੜਾ ਮੰਗਲ ਹੈ, ਸਤਿਗੁਰ ਕੇ ਪ੍ਰਸਾਦ ਤੇ ਹੋਵੇ ਮਨ ਮਾਲੀ ਭੋਖ। ਕਵੀ ਜੀ ਕਹਿੰਦੇ ਕਿ ਹੇ ਮੇਰੇ ਮਨ ਮਾਲੀ ਬਣ ਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਆ ਜਿਹੜਾ ਸਾਮ ਦਮ ਜਿਹੜਾ ਨੇਮ ਹੈ ਇਹਨੂੰ ਧਾਰਨ ਕਰਕੇ ਰੱਖਣਾ ਕਰ। ਸ੍ਰੀ ਗੁਰ ਕਿਰਖੀ ਕਾਜ ਕਰਾਵੇਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਨਗਰ ਦੇ ਵਿਚ ਰਹਿੰਦਿਆਂ ਹੋਇਆ ਖੇਤੀ ਦਾ ਕੰਮ ਕਰਵਾਉਂਦੇ ਨੇ। ਅਨਕ ਸਿੱਖ ਮਿਲਕਾਰ ਕਮਾਵੇਂ। ਬਹੁਤੇ ਸਿੱਖ ਮਿਲ ਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਖੇਤਾਂ ਦੇ ਵਿਚ ਕੰਮ ਕਰਦੇ ਹਨ। ਅਨ ਅਤੋਟ ਕਿਦਾਰਾ, ਕਿਦਾਰਾ ਦਾ ਅਰਥ ਹੈ ਖੇਤ। ਖੇਤਾਂ ਦੇ ਵਿਚ ਤੋਟੇ ਤੋਂ ਰਹਿਤ ਅੰਨ ਪੈਦਾ ਹੁੰਦਾ ਹੈ। ਖਲਵਾੜੇ ਬਹੁ ਲਗੇ ਆਪਰ, ਖੇਤ ਦੀ ਰਾਖੀ ਦੇ ਵਾਸਤੇ ਬਹੁਤੇ ਖਲਵਾਰੇ ਲੱਗਦੇ ਹਨ। ਕਰ ਲੋ ਕੋਠੇ ਭਰ ਕਰ ਸਾਰੇ, ਦਰਵਾਜੇ ਤੱਕ ਅੰਨ ਦੇ ਸਾਰੇ ਹੀ ਕੋਠੇ ਭਰ ਕੇ, ਡੇਗ ਚਲਾਵੇਂ ਸਦਾ ਉਦਾਰੇ। ਉਦਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਦਾ ਹੀ ਲੰਗਰ ਚਲਾਉਂਦੇ ਨੇ। ਜਿੰਨੀ ਵੀ ਖੇਤੀ ਹੁੰਦੀ ਹੈ, ਜਿੰਨਾ ਵੀ ਖੇਤਾਂ ਦੇ ਵਿਚ ਅੰਨ ਅਨਾਜ ਪੈਦਾ ਹੁੰਦਾ ਹੈ ਉਹਨੂੰ ਸਾਰਾ ਜਿਹੜਾ ਆਪਣੇ ਘਰ ਦੇ ਕੋਠੇ ਭਰ ਲੈਂਦੇ ਨੇ, ਭਾਵ ਕੇ ਕਮਰਿਆਂ ਨੂੰ ਭਰ ਲੈਂਦੇ ਦਰਵਾਜੇ ਤੱਕ, ਔਰ ਮੁੜ ਕੇ ਜਿਹੜਾ ਹੈ ਉਹਨਾਂ ਦਾ ਲੰਗਰ ਚਲਾਉਂਦੇ ਹਨ। ਦੇਣ ਲੱਗੇ ਹੋਵਤ ਪੁਨ ਸਾਰਾ, ਸਤਿਗੁਰੂ ਮਹਾਰਾਜ ਜੀ ਜਦੋਂ ਸਵੇਰ ਹੁੰਦੀ ਹੈ ਅੰਮ੍ਰਿਤ ਵੇਲੇ ਤੋਂ ਹੀ ਜਿਹੜਾ ਹੈ ਗੁਰੂ ਕਾ ਲੰਗਰ ਜਿਹੜਾ ਹੈ ਉਸ ਨੂੰ ਸ਼ੁਰੂ ਕਰਵਾ ਦਿੰਦੇ ਹਨ। ਦੇਣ ਲੱਗ ਹੈ ਔਰ ਜਿਹੜਾ ਵੀ ਕੋਈ ਲੋੜਵੰਦ ਆਉਂਦਾ ਹੈ, ਗਰੀਬ ਗੁਰਬਾ ਆਉਂਦਾ, ਉਸ ਨੂੰ ਵੀ ਦਾਨ ਦਿੰਦੇ ਹਨ। ਯਾਮ ਨਿਸਾਲ ਅਖੋਟ ਆਹਾਰ, ਇੱਕ ਪਹਿਰ ਰਾਤ ਰਹਿੰਦੇ ਤੱਕ ਜਿਹੜਾ ਹੈ ਨਾ ਉਹ ਜਿਹੜਾ ਧਨ ਹੈ ਪਦਾਰਥ ਹੈ ਉਹ ਵਰਤਦਾ ਰਹਿੰਦਾ ਹੈ। ਦੂਰ ਦੇਸ਼ ਤੇ ਨਰ ਮਿਲ ਬ੍ਰਿੰਦਾ, ਦੂਰ ਦੇਸ਼ਾਂ ਤੋਂ ਬਹੁਤੇ ਲੋਕ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹਨ। ਮੈਂ ਦਰਸ ਕਰੈ ਸੁਖ ਕੰਦ, ਆਉਂਦੇ ਹਨ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਕਰਦੇ ਨੇ। ਬ੍ਰਹਮਚਾਰੀ ਜੇ ਬੈਰਾਗੀ ਗਿਆਨੀ, ਕੱਲੇ ਆਮ ਲੋਕ ਨਹੀਂ ਬ੍ਰਹਮਚਰਜ ਜੀ ਜਿਨ੍ਹਾਂ ਨੇ ਬ੍ਰਹਮਚਰਜ ਨੂੰ ਧਾਰਨ ਕੀਤਾ ਹੈ, ਬੈਰਾਗੀ ਜਿਨ੍ਹਾਂ ਨੇ ਵੈਰਾਗ ਨੂੰ ਧਾਰਨ ਕੀਤਾ ਹੈ, ਗਿਆਨੀ ਗਿਆਨਵਾਨ, ਤਪੀ ਅਤੀਤ ਦਿਗੰਬਰ ਧਿਆਨੀ, ਤਪ ਨੂੰ ਕਰਨ ਵਾਲੇ ਅਤੀਤ ਲੋਕ ਦਿਗੰਬਰ ਜਿਨ੍ਹਾਂ ਨੇ ਦਿਸ਼ਾਵਾਂ ਨੂੰ ਹੀ ਆਪਣੇ ਅੰਬਰ ਬਸਤਰ ਬਣਾਇਆ ਹੈ, ਧਿਆਨ ਨੂੰ ਧਾਰਨ ਵਾਲੇ ਜੋਗੀ ਪੰਡਿਤ ਬਹੁ ਸੰਨਿਆਸੀ, ਜੋਗੀ ਲੋਕ ਪੰਡਿਤ ਵਿਦਵਾਨ ਅਤੇ ਸੰਨਿਆਸੀ, ਹਿੰਦੂ ਤੁਰਕ ਆਵੇ ਗੁਰਪਾਸੀ, ਹਿੰਦੂ ਤੁਰਕ ਮੁਸਲਮਾਨ ਇਹ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆਉਂਦੇ ਹਨ। ਰਾਏ ਰੰਕ ਜੋ ਧਾਰ ਅਭਿਲਖ, ਰਾਏ ਰਾਜੇ ਰੰਕ ਕੰਗਾਲ, ਆਸਾ ਨੂੰ ਧਾਰ ਕੇ ਇੱਛਾ ਨੂੰ ਧਾਰ ਕੇ, ਦਰਸ਼ਨ ਕਰੇ ਸੋ ਪੂਰੇ ਕੰਖ, ਦਰਸ਼ਨਾਂ ਨੂੰ ਕਰਦੇ ਨੇ ਇੱਛਾ ਨੂੰ ਧਾਰ ਕੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀਆਂ ਇੱਛਾਵਾਂ ਜਿਹੜੀਆਂ ਉਹਨਾਂ ਧਾਰੀਆਂ ਪੂਰਨ ਕਰਦੇ ਨੇ। ਇਹ ਉਪਾਇਨ ਲਿਹੇ ਸੋ ਨਾਹੀਂ, ਉਹ ਆ ਕੇ ਸਤਿਗੁਰੂ ਮਹਾਰਾਜ ਨੂੰ ਭੇਟਾਵਾਂ ਰੱਖਦੇ ਨੇ ਪਰ ਸਤਿਗੁਰੂ ਮਹਾਰਾਜ ਜੀ ਲੈਂਦੇ ਨਹੀਂ। ਕੀਰਤ ਪਸਰੇ ਸਭ ਭਾਉ ਮਾਹੀ, ਸਾਰੇ ਹੀ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਕੀਰਤੀ ਫੈਲ ਗਈ। ਫਿਰ ਹੈ ਕੇ ਪ੍ਰਾਤ ਮਹਾਲਨ ਭੂਲੀ, ਕਵੀ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਰਤੀ ਹੈ ਜਸ ਸੋਭਾ ਕਿਸ ਤਰ੍ਹਾਂ ਸਾਰੇ ਸੰਸਾਰ ਦੇ ਅੰਦਰ ਫੈਲਿਆ ਹੈ ਕਿ ਜਿਵੇਂ ਮਰਾਲਨ ਕਹਿੰਦੇ ਨੇ ਹੰਸਾਂ ਨੂੰ, ਹੰਸਾਂ ਦੀ ਪੰਕਤੀ ਜਿਹੜੀ ਹੈ ਡਾਰ ਭੁੱਲੀ ਫਿਰਦੀ ਹੋਵੇ, ਸਭ ਜਾ ਕਦੋਂ ਚੰਬੇਲੀ ਫੁੱਲੀ, ਜਾਂ ਫਿਰ ਸਾਰੇ ਸੰਸਾਰ ਦੇ ਅੰਦਰ ਚੰਬੇਲੀ ਦੇ ਫੁੱਲ ਉੱਗੇ ਹੋਣ। ਦੂਰ ਹੁੰਦੇ ਸਭ ਬੱਧ ਬਾ ਟੋਲਾ, ਜਿਤਨੇ ਵੀ ਲੋਕ ਦੂਰ ਸਨ ਸਾਰੇ ਹੀ ਟੋਲਿਆਂ ਨੂੰ ਬੰਨ ਬੰਨ ਕੇ, ਹੋਏ ਸਮੀਪ ਸੁਖ ਲਹੇ ਅਮੁੱਲ, ਪਾਸ ਆਉਂਦੇ ਨੇ ਤੇ ਮੁੱਲ ਤੋਂ ਰਹਿਤ ਜਿਹੜਾ ਸੁਖ ਹੈ ਆਤਮਿਕ ਸੁਖ, ਜਿਸ ਸੁਖ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਉਸ ਸੁਖ ਨੂੰ ਪ੍ਰਾਪਤ ਕਰਦੇ ਹਨ। ਸ੍ਰੀ ਨਾਨਕ, ਸ੍ਰੀ ਨਾਨਕ ਸਾਰੇ, ਸਾਰੇ ਹੀ ਲੋਕ ਜਿਹੜੇ ਨੇ ਸਾਰੇ ਪਾਸੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ, ਉਪਮਾ ਕੇ ਜੁਤ ਸਰਬੋਚਾਰੇ, ਉਪਮਾ ਦੇ ਸਹਿਤ ਗੁਰੂ ਨਾਨਕ ਸਾਹਿਬ ਦਾ ਨਾਮ ਉਚਾਰਨ ਕਰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਹਨ, ਬੜੇ ਉਦਾਰੂ ਨੇ, ਬੜੇ ਦਾਤੇ ਨੇ। ਇੱਕ ਸਮੇਂ ਸੰਗਤ ਬਹੁ ਆਈ, ਇੱਕ ਸਮੇਂ ਬਹੁਤ ਹੀ ਸੰਗਤ ਕਰਤਾਰਪੁਰ ਸਾਹਿਬ ਨਗਰ ਦੇ ਵਿਚ ਆਈ ਹੈ।
ਚੌਂ ਦਿਸ਼ ਤੇ ਕੁਛ ਗੁਣ ਨਾ ਜਾਈ, ਚੌਹਾਂ ਹੀ ਦਿਸ਼ਾਵਾਂ ਤੋਂ ਆਈ ਹੈ, ਜਿਸ ਦੀ ਕੋਈ ਗਿਣਤੀ ਨਹੀਂ ਹੈ, ਇੰਨੀ ਸੰਗਤ ਆਈ ਹੈ। ਕਈ ਹਜ਼ਾਰ ਨਗਰ ਕਰਤਾਰ, ਕਈ ਹਜ਼ਾਰ ਜਿਹੜੀ ਹੈ ਨਗਰ ਕਰਤਾਰਾ, ਕਰਤਾਰਪੁਰ ਨਗਰ ਦੇ ਵਿਚ ਮਾਨਵ ਮਿਲੇ ਨਾ ਪਾਏ ਤਪਰ, ਇੰਨੇ ਲੋਕ ਜਿਹੜੇ ਨੇ ਕਰਤਾਰਪੁਰ ਸਾਹਿਬ ਨਗਰ ਦੇ ਵਿਚ ਆ ਕੇ ਮਿਲੇ ਨੇ, ਇਕੱਠੇ ਹੋਏ ਨੇ, ਨਾ ਪਾਈਏ ਤਪਾਰਾ, ਜਿਨ੍ਹਾਂ ਦਾ ਕੋਈ ਪਾਰਾ ਵਾਰ ਨਹੀਂ ਹੈ। ਕਰੇ ਕਾਮਨਾ ਦਰਸ਼ਨ ਕਰੀ, ਕਾਮਨਾ ਨੂੰ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਹਨ। ਬਿਨ ਸੰਸੇ ਮਨ ਬਾਸ਼ਤ ਪੁਰੀ, ਬਿਨ ਸੰਸੇ ਬਿਨਾਂ ਸ਼ੰਕੇ ਤੋਂ ਜਿਹੜੀ ਉਹਨਾਂ ਦੀ ਮਨ ਦੀ ਕਾਮਨਾ ਹੈ ਪੂਰੀ ਹੁੰਦੀ ਹੈ। ਭਈ ਬਿਭਾਵਰ ਕੀਨ ਬਸੇਰਾ, ਜਿਤਨੀ ਵੀ ਸੰਗਤ ਆਈ ਹੈ, ਜਦੋਂ ਸੰਗਤ ਆਈ ਹੈ, ਸ਼ਾਮ ਦਾ ਸਮਾਂ ਹੋਇਆ, ਰਾਤ ਪੈ ਗਈ ਹੈ, ਸਾਰੀ ਸੰਗਤ ਨੇ ਉੱਥੇ ਬਸੇਰਾ ਕੀਤਾ ਹੈ। ਜਿੰਨੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਸੰਗਤ ਆਈ ਹੈ, ਸਾਰੀ ਹੀ ਕਰਤਾਰਪੁਰ ਸਾਹਿਬ ਨਗਰ ਦੇ ਵਿਚ ਹੀ ਰਹੀ ਹੈ। ਕਰਤਾਰਪੁਰ ਸਾਹਿਬ ਨਗਰ ਦੇ ਚਾਰੇ ਪਾਸੇ ਸੰਗਤ ਦਾ ਡੇਰਾ ਜਿਹੜਾ ਪਸਰ ਗਿਆ, ਭਾਵ ਕੇ ਬਹੁਤ ਹੀ ਸੰਗਤ ਆਈ ਹੈ, ਸਾਰਾ ਕਰਤਾਰਪੁਰ ਨਗਰ ਹੀ ਭਰ ਗਿਆ ਹੈ। ਘਾਟ ਘੁੰਮਰ ਘੇਰ ਆਈ, ਤਦੋਂ ਫਿਰ ਜਿਹੜਾ ਸੀ ਬਹੁਤ ਜ਼ਿਆਦਾ ਬੱਦਲਾਂ ਦੀ ਜਿਹੜੀ ਘਟਾ ਇਕੱਠੀ ਹੋ ਕੇ ਆਈ ਹੈ, ਘਿਰ ਕੇ ਆਈ ਹੈ। ਵਰਖਤ ਜਲ ਕੇ ਸ਼ਹਿਬਰ ਲਾਈ, ਬਹੁਤ ਜ਼ਿਆਦਾ ਜਲ ਵਰਖਿਆ, ਭਾਵ ਕੇ ਬਾਰਿਸ਼ ਹੋਈ ਹੈ, ਜਿਸ ਨੂੰ ਮੋਲੇ ਤਾਰ ਮੀਂਹ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੋਲੇ ਤਾਰ ਜਿਹੜਾ ਮੀਂਹ ਉਹ ਪਿਆ ਹੈ। ਬੀਤੀ ਨਿਸਾ ਪੁਨ ਭਇਆ ਪੁਨ ਸਾਰਾ, ਸਾਰੀ ਹੀ ਰਾਤ ਜਿਹੜੀ ਮੀਂਹ ਪੈਂਦਿਆਂ ਬਤੀਤ ਹੋ ਗਈ, ਫਿਰ ਸਵੇਰ ਹੋਈ ਹੈ। ਸਗਰੋ ਦਿਵਸ ਪਰ ਧਰਿਓ ਬਾਰਾ, ਸਾਰਾ ਹੀ ਦਿਨ ਜਿਹੜਾ ਸੀ ਉਥੇ ਪਾਣੀ ਪੈਂਦਾ ਰਿਹਾ, ਭਾਵ ਕੇ ਬਾਰਿਸ਼ ਹੁੰਦੀ ਰਹੀ। ਬੋਰ ਨਾ ਹਟੀ ਬੀਤੇ ਦਿਨ ਦੋ, ਉਹ ਜਿਹੜੀ ਬਾਰਿਸ਼ ਸੀ ਦੋ ਦਿਨ ਹੋਰ ਬਤੀਤ ਹੋ ਗਏ, ਪਰ ਉਹ ਬਾਰਿਸ਼ ਹਟੀ ਨਹੀਂ। ਬਿਨਾ ਆਹਾਰ ਆਤੁਰ ਸਭ ਕੋ, ਬਿਨਾ ਭੋਜਨ ਤੋਂ ਸਾਰੇ ਬਹੁਤ ਦੁਖੀ ਹੋ ਗਏ। ਭੋਜਨ ਕਰਨ ਨਹੀਂ ਵਿਦ ਹੋਈ, ਕਿਉਂਕਿ ਭੋਜਨ ਤਿਆਰ ਕਰਨ ਦੀ ਕੋਈ ਵਿਧੀ ਨਹੀਂ ਹੋਈ, ਮੀਂਹ ਹਟ ਨਹੀਂ ਰਿਹਾ। ਭੁੱਖੀ ਬਹੁਤ ਭਈ ਸਭ ਲੋਈ, ਜਿਤਨੇ ਵੀ ਲੋਕ ਆਏ ਨੇ ਸਾਰੇ ਬਹੁਤ ਹੀ ਭੁੱਖੇ ਨੇ, ਸਾਰਿਆਂ ਨੂੰ ਬਹੁਤ ਭੁੱਖ ਲੱਗੀ ਹੈ, ਕਿਉਂਕਿ ਤਿੰਨ ਦਿਨ ਬਤੀਤ ਹੋ ਗਏ ਨੇ, ਬਾਰਿਸ਼ ਪੈਣ ਕਰਕੇ, ਮੀਂਹ ਪੈਣ ਕਰਕੇ ਲੰਗਰ ਪਾਣੀ ਜਿਹੜਾ ਤਿਆਰ ਨਹੀਂ ਹੋਇਆ। ਸੋ ਇੱਥੇ ਜਿਹੜੀ ਹੈ ਸਮੇਂ ਦੀ ਸਮਾਪਤੀ ਹੈ, ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਭੋਜਨ ਕਰਨ ਨਹੀਂ ਵਿਦ ਹੋਈ, ਭੁੱਖੀ ਬਹੁਤ ਭਈ ਸਭ ਲੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾ ਭਯਾਨ ਨਾਨਕ ਪਾਰ ਉਤਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੇ ਪੀਹੋ ਅਨਹਾਰ, ਹੇ ਸੰਤ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖਹੀਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।